ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਹੀਦਾਂ ਦੀ ਯਾਦ ਵਿੱਚ ਹੋ ਰਹੇ ਗੁਰਮਤਿ ਸਮਾਗਮ ਦੇ ਵਿੱਚ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਜਿੰਨੇ ਮਾਈ ਭਾਈ ਜੁੜੇ ਹਨ ਸਾਰੀ ਸੰਗਤ ਇੱਕ ਵਾਰ ਸਤਿਗੁਰੂ ਦੇ ਸਤਿਕਾਰ ਵਿੱਚ ਦੋਵੇਂ ਹੱਥ ਜੋੜ ਕੇ ਸੀਸ ਝੁਕਾਓ ਰਸਨਾ ਪਵਿੱਤਰ ਕਰੋ ਸਾਰੀ ਸੰਗਤ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉ ਬੁਲਾਵੇ ਤਿਉ ਬੋਲਣ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ ਹੈ ਗੁਰੂ ਦਰਬਾਰ ਵਿੱਚ ਆਪਾਂ ਪਹੁੰਚੇ ਹਾਂ ਜੁੜੇ ਹਾਂ ਇਤਿਹਾਸ ਦੀ ਲੜੀ ਜੋ ਕੱਲ ਸ਼ਾਮ ਦੇ ਦੀਵਾਨ ਵਿੱਚ ਚੱਲ ਰਹੀ ਸੀ ਉਹਨੂੰ ਅੱਗੇ ਤੋਰਨ ਦਾ ਯਤਨ ਕਰੀਏ ਸਾਰੀ ਸੰਗਤ ਅਸੀਸ ਬਖਸ਼ੋ ਔਰ ਸਰਬੱਤ ਦਾ ਭਲਾ ਮੰਗੋ ਔਰ ਪਿਆਰ ਸਹਾਇਤਾ ਖੋਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਦਿੱਲੀ ਲਿਜਾਇਆ ਗਿਆ ਉਹਦੇ ਨਾਲ ਜਿਹੜੇ 734 ਫੜੇ ਨੇ 34 ਵੱਖਰੇ ਨਜ਼ਰਬੰਦ ਕੀਤੇ ਗਏ 700 ਵੱਖਰੇ ਬੰਦ ਕੀਤੇ ਗਏ ਬਾਦਸ਼ਾਹ ਦਾ ਹੁਕਮ ਸੀ ਵੀ ਇੱਕ ਦਿਨ ਵਿੱਚ 100 ਸਿੰਘ ਜੇਲ੍ਹ ਵਿੱਚੋਂ ਕੱਢਣਾ ਤੇ ਰੋਜ਼ ਰਿਪੋਰਟ ਸ਼ਾਮ ਨੂੰ ਮੈਨੂੰ ਦੇਣੀ ਹੈ ਵੀ ਕਿੰਨੇ ਮਰਦੇ ਨੇ ਤੇ ਕਿੰਨੇ ਇਸਲਾਮ ਪ੍ਰਵਾਨ ਕਰਦੇ ਨੇ ਕਤਲੇਆਮ ਚੱਲ ਰਿਹਾ ਹੈ ਸਿੰਘ ਸ਼ਹੀਦੀਆਂ ਦੇ ਰਹੇ ਨੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਮਜੀਠਾ ਉੱਥੋਂ ਇੱਕ ਮਾਂ ਚੱਲੀ ਉਹ ਚੱਲਦੀ ਚੱਲਦੀ ਪਹੁੰਚੀ ਹੈ ਬਾਦਸ਼ਾਹ ਦੇ ਦਰਬਾਰ ਵਿੱਚ ਉਹਨੇ ਫਰਿਆਦ ਕੀਤੀ ਹੈ ਬਾਦਸ਼ਾਹ ਸਲਾਮਤ ਮੇਰਾ ਪੁੱਤਰ ਜਿਹੜਾ ਉਹ ਸਾਬਤ ਸੂਰਤ ਹੈ ਕੇਸ ਨਹੀਂ ਕੱਟਦਾ ਉਹਦੇ ਮੁੱਖ ਤੇ ਦਾੜਾ ਪ੍ਰਕਾਸ਼ ਹੈ ਪਰ ਉਹ ਹਿੰਦੂ ਹੈ ਉਹਨੂੰ ਇਸ ਭੁਲੇਖੇ ਨਾਲ ਚੁੱਕ ਲਿਆ ਗਿਆ ਵੀ ਉਹ ਸਿੱਖ ਪਰ ਉਹ ਹਕੀਕਤ ਹੈ ਵੀ ਅਸੀਂ ਹਿੰਦੂ ਹਾਂ ਸਦੀਆਂ ਤੋਂ ਹਿੰਦੂ ਹਾਂ ਪੀੜ੍ਹੀ ਦਰ ਪੀੜ੍ਹੀ ਹਿੰਦੂ ਹਾਂ ਉਹਦੇ ਕੇਸ ਹੋਣ ਕਰਕੇ ਭੁਲੇਖਾ ਪਿਆ ਵੀ ਉਹ ਸਿੱਖ ਮੇਰਾ ਇੱਕੋ ਇੱਕ ਪੋਤੇ ਚੁੱਕ ਲਿਆ ਗਿਆ ਧੱਕੇ ਦੇ ਨਾਲ ਉਹਨੂੰ ਰਿਹਾ ਕੀਤਾ ਜਾਵੇ ਨਾ ਮੇਰਾ ਪਤੀ ਸਿਰ ਤੇ ਹੈ ਰਿਸ਼ਤੇਦਾਰ ਸਾਕ ਸੰਬੰਧੀ ਕੋਈ ਨੇੜੇ ਨਹੀਂ ਢੁਕਦਾ ਇੱਕੋ ਇੱਕ ਮੇਰਾ ਪੁੱਤਰ ਹੈ ਅਗਰ ਰਿਹਾ ਕਰ ਦਿੱਤਾ ਜਾਏ ਛੱਡ ਦਿੱਤਾ ਜਾਏ ਤੇ ਮੇਰਾ ਬੁਢੇਪਾ ਰੋਣ ਤੋਂ ਬਚ ਜਾਏਗਾ 1984 ਤੋਂ ਬਾਅਦ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਹੜੇ ਤੇ ਸਿੰਘ ਸੰਘਰਸ਼ ਕਰਦੇ ਸਨ ਸੱਚਮੁੱਚ ਹੀ ਉਹ ਤੇ ਬਿਲਕੁਲ ਵਾਕਿਆ ਕਿ ਸੰਘਰਸ਼ ਦੇ ਰਾਹ ਤੇ ਤੁਰੇ ਸਨ ਪਰ ਕਈ ਜਿਹੜੇ ਨੌਜਵਾਨ ਬੱਚੇ ਘਰਾਂ ਵਿੱਚ ਹੀ ਬੈਠੇ ਸਨ ਉਹਨਾਂ ਨੂੰ ਵੀ ਚੁੱਕ ਲਿਆ ਜਾਂਦਾ ਸੀ ਵੀ ਇਹ ਵੀ ਉਹਨਾਂ ਨਾਲ ਰਲੇ ਹੋਏ ਨੇ ਜਦੋਂ ਪੁਲਿਸ ਦੇ ਕੋਲ ਫਿਰ ਉਹਨਾਂ ਦੇ ਮਾਪਿਆਂ ਨੇ ਜਾਣਾ ਥਾਣੇ ਕਚਹਿਰੀ ਕਿਵੇਂ ਉਹ ਪੁਲਿਸ ਵਾਲੇ ਫਿਰ ਹਾੜੇ ਕਢਾਉਂਦੇ ਸਨ ਤਰਲੇ ਮਿੰਨਤਾਂ ਕਰਾਉਂਦੇ ਸਨ ਕਿਵੇਂ ਬਜ਼ੁਰਗਾਂ ਨੇ ਅੱਖਾਂ ਦੇ ਵਿੱਚੋਂ ਹੰਝੂ ਕੇੜ ਕੇੜ ਕੇ ਆਖਣਾ ਸਾਡੇ ਪੁੱਤਰ ਨੂੰ ਛੱਡ ਦਿਓ ਸਾਡਾ ਪੁੱਤਰ ਕਿਸੇ ਲਹਿਰ ਦੇ ਵਿੱਚ ਨਹੀਂ ਜਿਹੜਾ ਸੰਘਰਸ਼ ਦੇ ਵਿੱਚ ਹੁੰਦਾ ਸੀ ਉਹਦੀ ਤੇ ਵੱਖਰੀ ਬਾਤ ਹੈ ਉਹਦੇ ਮਾਪਿਆਂ ਨੂੰ ਵੀ ਪਤਾ ਹੁੰਦਾ ਸੀ ਕਿ ਸਾਡਾ ਪੁੱਤਰ ਚਲਿਆ ਗਿਆ ਦੇਸ਼ ਕੌਮ ਤੋਂ ਕੁਰਬਾਨ ਹੋਣ ਵਾਸਤੇ ਪਰ ਜਿਨ੍ਹਾਂ ਦਾ ਪੁੱਤਰ ਘਰੋਂ ਚੁੱਕ ਲਿਆ ਜਾਂਦਾ ਸੀ ਔਰ ਇਹ ਕਹਿ ਦਿੱਤਾ ਜਾਂਦਾ ਸੀ ਪੁਲਿਸ ਵੱਲੋਂ ਵੀ ਇਹ ਅੱਤਵਾਦੀ ਹੈ ਇਹ ਵੀ ਸੰਘਰਸ਼ ਵਿੱਚ ਹੈ ਇਹਦੇ ਕੋਲ ਵੀ ਹਥਿਆਰ ਨੇ ਔਰ 14-14, 15-15 ਸਾਲਾਂ ਦੇ ਨੌਜਵਾਨ ਕਤਲ ਕੀਤੇ ਗਏ ਆਪ ਜੀ ਹੇਠਾਂ ਲੰਘਣ ਵਿੱਚ ਜਾਂਦੇ ਹੋ ਜਦੋਂ ਤਸਵੀਰਾਂ ਦੇਖਦੇ ਹੋ ਆਪ ਜੀ ਨੂੰ ਚੇਤੇ ਆਉਂਦਾ ਵੀ ਕਿਵੇਂ ਕੇਵਲ ਤੇ ਕੇਵਲ ਪੁਲਿਸ ਵਾਲਿਆਂ ਦੇ ਮੈਡਲ ਲੈਣ ਦੀ ਖਾਤਰ ਫੀਤੇ ਲੈਣ ਦੀ ਖਾਤਰ ਔਰ ਆਪਣੇ ਤਗਮੇ ਰੈਂਕ ਵਧਾਉਣ ਦੀ ਖਾਤਰ ਕਿਵੇਂ ਨੌਜਵਾਨੀ ਦਾ ਕਾਂਡ ਕੀਤਾ ਹੈ ਸਮੇਂ ਸਮੇਂ ਤੇ ਸਰਕਾਰਾਂ ਕਰਦੀਆਂ ਆਈਆਂ ਨੇ ਬਾਦਸ਼ਾਹ ਨੇ ਇਸ ਮਾਂ ਦੀ ਫਰਿਆਦ ਸੁਣੀ ਇੱਕ ਕਾਗਜ਼ ਉੱਤੇ ਲਿਖ ਦਿੱਤਾ ਅਗਰ ਇਸ ਮਾਂ ਦਾ ਪੁੱਤਰ ਜਿਉਂਦਾ ਹੈ ਤੇ ਆਪਣੀ ਜ਼ੁਬਾਨੋਂ ਕਹਿ ਦੇਵੇ ਕਿ ਮੈਂ ਹਿੰਦੂਆਂ ਨੂੰ ਛੱਡ ਦਿੱਤਾ ਜਾਵੇ ਜੇ ਉਹ ਮਾਰਿਆ ਗਿਆ ਫਿਰ ਕੋਈ ਚਾਰਾ ਨਹੀਂ ਜੇ ਜਿਉਂਦਾ ਹੈ ਆਪਣੇ ਮੂੰਹੋਂ ਕਵੇ ਮੈਂ ਹਿੰਦੂ ਹਾਂ ਮਾਂ ਇਹ ਹਾਈਨਾਮਾ ਲੈ ਕੇ ਕਤਲਗਾਹ ਵਿੱਚ ਪਹੁੰਚ ਗਈ ਉਧਰ
ਕਤਲਗਾਹ ਚੱਲ ਰਹੀ ਹੈ, ਇੱਕ ਸਿੱਖ ਦੀ ਵਾਰੀ ਆਈ, ਉਹਨੇ ਗੋਡੇ ਜ਼ਮੀਨ ਤੇ ਲਾਏ, ਲੱਕੜ ਉੱਤੇ ਆਪਣੀ ਗਰਦਨ ਰੱਖੀ। ਜਲਾਦ ਨੇ ਤਲਵਾਰ ਦਾ ਵਾਰ ਕਰਨ ਤੋਂ ਪਹਿਲਾਂ ਪੁੱਛਿਆ, ਨੌਜਵਾਨਾ ਇਸਲਾਮ ਜਾਂ ਮੌਤ? ਸਿੱਖ ਨੇ ਆਖਿਆ ਮੌਤ। ਜਲਾਦ ਨੇ ਆਖਿਆ ਨੌਜਵਾਨਾ ਜਵਾਨੀ ਵਾਰ ਵਾਰ ਨਹੀਂ ਮਿਲਣੀ, ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ, ਜੀ ਲੈ। ਸਿੱਖ ਨੇ ਆਖਿਆ ਜਲਾਦਾ ਤੈਨੂੰ ਸਮਝ ਪੈ ਗਈ ਹੈ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ, ਤੂੰ ਜੀਣਾ ਚਾਹੁੰਦਾ? ਮੈਨੂੰ ਸਮਝ ਪੈ ਗਈ ਹੈ ਵੀ ਜ਼ਿੰਦਗੀ ਹੋ ਸਕਦਾ ਦੁਬਾਰਾ ਮਿਲ ਜੇ, ਪਰ ਸਿੱਖੀ ਵਾਰ ਵਾਰ ਨਹੀਂ ਮਿਲਣੀ। ਸਿੱਖੀ ਕਰਮਾਂ ਵਾਲਿਆਂ ਨੂੰ ਮਿਲਦੀ, ਇਸ ਲਈ ਮੈਂ ਮਰਨਾ ਚਾਹੁੰਦਾ। ਤੂੰ ਜੀਣਾ ਚਾਹੁੰਦਾ, ਇਸ ਲਈ ਮੈਂ ਆਪਣੇ ਧਰਮ ਤੋਂ ਕੁਰਬਾਨ ਕਰਾਉਣਾ ਚਾਹੁੰਦਾ। ਮੇਰਾ ਗੁਰੂ ਵੀ ਕਹਿੰਦਾ ਕਬੀਰ ਮੋਕੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕਿਆ ਦੁਆਰ। ਮੈਂ ਆਪਣੇ ਗੁਰੂ ਤੋਂ ਕੁਰਬਾਨ ਹੋਣ ਲੱਗਾ। ਜਲਾਦ ਤਲਵਾਰ ਦਾ ਵਾਰ ਕਰਨ ਲੱਗਿਆ, ਇਹਨੇ ਚਿਰ ਨੂੰ ਮਾਂ ਕਚਹਿਰੀ ਵਿੱਚ ਪਹੁੰਚ ਗਈ, ਕਤਲਗਾਹ ਵਿੱਚ ਪਹੁੰਚ ਗਈ। ਉਹਨੇ ਜਦੋਂ ਲਿਸ਼ਕਦੀ ਹੋਈ ਤਲਵਾਰ ਵੇਖੀ ਤੇ ਹੇਠਾਂ ਕਤਲ ਹੋਣ ਵਾਲੇ ਦਾ ਮੂੰਹ ਵੇਖਿਆ, ਮਾਂ ਦੀਆਂ ਡਾਡਾਂ ਨਿਕਲੀਆਂ, ਉਹਨੇ ਚੀਖ ਮਾਰ ਕੇ ਆਖਿਆ ਵੇ ਜਲਾਦਾ ਰੁਕ ਜਾ, ਵੇਖੀ ਕਿਤੇ ਮੇਰੇ ਪੁੱਤ ਨੂੰ ਮਾਰਨਾ ਨਹੀਂ, ਮੈਂ ਇਹਦੀ ਰਿਹਾਈ ਦਾ ਹੁਕਮ ਲੈ ਕੇ ਆਈ। ਮਾਂ ਅੱਗੇ ਵਧੀ, ਉਹਨੇ ਰਿਹਾਈ ਨਾਮਾ ਜਲਾਦ ਦੇ ਹੱਥ ਵਿੱਚ ਦਿੱਤਾ, ਜਲਾਦ ਦੀ ਤਲਵਾਰ ਉੱਪਰ ਦੀ ਉੱਪਰ ਹੀ ਰਹਿ ਗਈ। ਜਿਹੜਾ ਨੌਜਵਾਨ ਉਡੀਕ ਕਰ ਰਿਹਾ ਸੀ ਤਲਵਾਰ ਦੀ, ਉਹਨੇ ਆਵਾਜ਼ ਦੇ ਕੇ ਆਖਿਆ, ਜਲਾਦਾ ਜਿਹੜੀ ਤਲਵਾਰ ਮੇਰੇ ਸੈਂਕੜੇ ਵੀਰਾਂ ਨੂੰ ਸ਼ਹੀਦ ਕਰ ਚੁੱਕੀ, ਉਹ ਮੈਥੋਂ ਕਿਉਂ ਸੰਗਦੀ? ਸ਼ਹਾਦਤ ਦਾ ਬਾਟਾ ਮੇਰੇ ਬੁੱਲਾਂ ਨਾਲ ਲੱਗਣ ਵਾਲਾ ਸੀ, ਦੂਰ ਕਿਉਂ ਕਰ ਲਿਆ ਗਿਆ? ਮੈਂ ਆਪਣੇ ਵੀਰਾਂ ਦੇ ਕੋਲ ਪਹੁੰਚਣੀ ਵਾਲਾ ਸੀ, ਮੈਨੂੰ ਰੋਕ ਕਿਉਂ ਲਿਆ? ਜਲਾਦਾ ਤਲਵਾਰ ਦਾ ਵਾਰ ਕਿਉਂ ਨਹੀਂ ਕੀਤਾ ਗਿਆ? ਜਲਾਦ ਰਿਹਾਈ ਨਾਮਾ ਪੜ੍ਹ ਕੇ ਹੈਰਾਨ ਹੋ ਗਿਆ, ਉਹਨੇ ਆਖਿਆ ਨੌਜਵਾਨਾ ਮੈਂ ਤੇਰੇ ਵਰਗਾ ਖੁਸ਼ ਨਸੀਬ ਬੰਦਾ ਅੱਜ ਤੱਕ ਨਹੀਂ ਵੇਖਿਆ, ਜਿਹਦੀ ਗਰਦਨ ਤੇ ਤਲਵਾਰ ਵੱਜਣ ਲੱਗੀ ਹੋਵੇ ਉਦੋਂ ਦੀ ਰਿਹਾਈ ਦਾ ਹੁਕਮ ਆ ਜਾਏ। ਅੱਲਾਹ ਤਾਲਾ ਤੇਰੇ ਤੇ ਮਿਹਰਬਾਨ ਹੋਇਆ, ਉੱਠ ਚਲਿਆ ਜਾ, ਤੈਨੂੰ ਜ਼ਿੰਦਗੀ ਬਖਸ਼ੀ ਜਾਂਦੀ। ਨੌਜਵਾਨ ਜੇ ਤੇ ਹੁੰਦਾ ਸਾਡੇ ਵਰਗਾ, ਫਿਰ ਤੇ ਕਰਦਾ ਸ਼ੁਕਰਾਨਾ ਮੰਤਰੀਆਂ ਦਾ, ਪੁਲਿਸ ਵਾਲਿਆਂ ਦਾ ਸ਼ੁਕਰਾਨਾ ਕਰਦਾ ਵੀ ਸ਼ੁਕਰੇ, ਚਲੋ ਹੁਣ ਇੱਧਰ ਉੱਧਰ ਆਉਣ ਜੋਗੇ ਹੋ ਗਏ। ਪਰ ਇਤਿਹਾਸ ਕਹਿੰਦਾ ਨੌਜਵਾਨ ਨੇ ਹੱਥ ਜੋੜ ਕੇ ਆਖਿਆ, ਜਲਾਦਾ ਮੈਂ ਪੁੱਛਣਾ ਚਾਹੁੰਦਾ ਮੈਨੂੰ ਕਿਸ ਗੁਨਾਹ ਬਦਲੇ ਛੱਡਿਆ ਜਾ ਰਿਹਾ? ਮੇਰਾ ਗੁਨਾਹ ਕੀ ਹੈ? ਮੈਨੂੰ ਮਾਰ ਕਿਉਂ ਨਹੀਂ ਰਹੇ? ਮੈਨੂੰ ਛੱਡ ਕਿਉਂ ਰਹੇ ਹੋ? ਹਰ ਕਤਲ ਹੋਣ ਵਾਲਾ ਕਹਿੰਦਾ ਮੇਰਾ ਗੁਨਾਹ ਕੀ ਹੈ? ਮੈਨੂੰ ਮਾਰ ਕਿਉਂ ਰਹੇ ਹੋ? ਪਰ ਕਲਗੀਆਂ ਵਾਲੇ ਦੀ ਸਿੱਖੀ ਨਾਲ ਪਿਆਰ ਕਰਨ ਵਾਲੇ ਨੇ ਆਖਿਆ, ਮੇਰਾ ਗੁਨਾਹ ਕੀ ਹੈ? ਮੈਨੂੰ ਛੱਡ ਕਿਉਂ ਰਹੇ ਹੋ? ਮੈਨੂੰ ਮਾਰ ਕਿਉਂ ਨਹੀਂ ਰਹੇ? ਮੈਨੂੰ ਕਿਉਂ ਛੱਡ ਰਹੇ? ਜਲਾਦ ਨੇ ਆਖਿਆ ਤੇਰੀ ਮਾਂ ਕਹਿ ਰਹੀ ਹੈ ਕਿ ਤੂੰ ਗਿੰਦੂ, ਇਸ ਲਈ ਇੱਥੇ ਅਸੀਂ ਸਿੱਖਾਂ ਨੂੰ ਕਤਲ ਕਰ ਰਹੇ ਹਾਂ, ਤੂੰ ਜਾ ਸਕਦਾ? ਨੌਜਵਾਨ ਦੀਆਂ ਅੱਖਾਂ ਵਿੱਚ ਲਹੂ ਨਿਤਰ ਆਇਆ, ਜੋਸ਼ ਵਿੱਚ ਆ ਗਿਆ, ਉਹਨੇ ਆਪਣਾ ਮੂੰਹ ਘੁਮਾਇਆ। ਜਦੋਂ ਮਾਂ ਦੇ ਚਿਹਰੇ ਵੱਲ ਵੇਖਿਆ, ਮਾਂ ਦੇ ਚਿਹਰੇ ਤੋਂ ਮਮਤਾ ਸਾਫ਼ ਡੁੱਲਦੀ ਪਈ। ਨੌਜਵਾਨ ਧੀਰਜ ਵਿੱਚ ਆ ਗਿਆ, ਸ਼ਾਂਤੀ ਵਿੱਚ ਆ ਗਿਆ। ਉਹਨੇ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਆਖਿਆ, ਮਾਂ ਤੂੰ ਮੇਰੀ ਮਾਂ ਹੈ, ਮੈਂ ਤੈਨੂੰ ਕੀ ਆਖਾਂ? ਤੂੰ ਮੈਨੂੰ ਜਨਮ ਦਿੱਤਾ, ਤੇਰਾ ਧੰਨਵਾਦ ਹੈ। ਪਰ ਮਾਂ ਮੈਂ ਦੂਜੀ ਵਾਰ ਜਨਮ ਉਦੋਂ ਲਿਆ ਜਦੋਂ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਜਦੋਂ ਮੈਂ ਸਿੰਘ ਸਜਿਆ। ਮਾਂ ਕੀ ਤੂੰ ਇਹ ਚਾਹੁੰਦੀ ਹੈ ਵੀ ਆਉਣ ਵਾਲਾ ਜਮਾਨਾ ਮੇਰੇ ਤੋਂ ਥੁੱਕਾਂ ਸੁੱਟੇ ਤੇ ਇਹ ਆਖੇ ਵੀ ਇਸ ਬੰਦੇ ਨੇ ਚਾਰ ਦਿਨਾਂ ਦੀ ਜ਼ਿੰਦਗੀ ਬਦਲੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗੀ ਕਰ ਦਿੱਤਾ? ਮਾਂ ਮੈਂ ਲਾਹਣਤਾਂ ਭਰੀ ਜ਼ਿੰਦਗੀ ਨਹੀਂ ਜਿਉਣੀ ਚਾਹੁੰਦਾ। ਮਾਂ ਸ਼ਹਾਦਤ ਦੇ ਰਸਤੇ ਵਿੱਚ ਰੋੜਾ ਨਾ ਬਣਾ, ਆਪਣੀ ਮਮਤਾ ਨੂੰ ਮੈਨੂੰ ਸ਼ਹੀਦ ਹੋਣ ਦੇ। ਜਦੋਂ ਮਾਂ ਨੇ ਇੰਨੀ ਗੱਲ ਆਖੀ, ਮਾਂ ਨੇ ਆਖਿਆ, ਹਾਂ ਪੁੱਤਰਾ ਤੈਨੂੰ ਮੇਰਾ ਫਿਕਰ ਕਿੱਥੇ ਹੈ? ਤੈਨੂੰ ਮੇਰੇ ਬੁਢੇਪੇ ਦਾ ਫਿਕਰ ਕਿੱਥੇ ਹੈ? ਤੈਨੂੰ ਤੇ ਆਪਣੇ ਧਰਮ ਨਾਲ ਮਤਲਬ ਹੈ? ਸੱਚਮੁੱਚ ਸਿਆਣੇ ਕਹਿੰਦੇ ਨੇ ਜਦੋਂ ਇਨਸਾਨ ਬਜ਼ੁਰਗ ਹੋ ਜਾਏ ਉਦੋਂ ਉਹਦੀ ਮਮਤਾ ਵਿੱਚ ਕਮਜ਼ੋਰੀ ਆ ਜਾਂਦੀ ਹੈ, ਉਹਦੀ ਮਮਤਾ ਵਿੱਚ ਉਹ ਅਸਰ ਨਹੀਂ ਰਹਿੰਦਾ। ਜਿਵੇਂ ਜਿਵੇਂ ਮਾਪੇ ਬਿਰਧ ਹੁੰਦੇ ਜਾਂਦੇ ਨੇ ਉਹਨਾਂ ਦਾ ਮੋਹ ਪਿਆਰ ਆਪਣੇ ਬੱਚਿਆਂ ਨਾਲ ਵੱਧਦਾ ਜਾਂਦਾ, ਪੁੱਤ ਪੋਤਰਿਆਂ ਨਾਲ ਵੱਧਦਾ ਜਾਂਦਾ ਹੈ, ਜਿਵੇਂ ਜਿਵੇਂ ਬੱਚੇ ਜਵਾਨ ਹੁੰਦੇ ਜਾਂਦੇ ਨੇ ਉਹਨਾਂ ਦਾ ਮੋਹ ਪਿਆਰ ਆਪਣੇ ਬਜ਼ੁਰਗਾਂ ਨਾਲੋਂ ਘੱਟਦਾ ਜਾਂਦਾ, ਇਹ ਉਲਟਾ ਚੱਕਰ ਚੱਲਦਾ। ਜਿਵੇਂ ਜਿਵੇਂ ਮਾਪੇ ਬਜ਼ੁਰਗ ਹੁੰਦੇ ਨੇ ਉਹਨਾਂ ਦਾ ਪਿਆਰ ਵੱਧਦਾ, ਜਿਵੇਂ ਜਿਵੇਂ ਬੱਚੇ ਜਵਾਨ ਹੁੰਦੇ ਨੇ ਉਹਨਾਂ ਦਾ ਪਿਆਰ ਜਿਹੜਾ ਉਹ ਘੱਟਦਾ ਗਿਆ ਬਜ਼ੁਰਗਾਂ ਦੇ ਨਾਲੋਂ, ਹਾਣ ਨੂੰ ਹਾਣ ਪਿਆਰਾ ਹੁੰਦਾ। ਮਾਂ ਨੇ ਆਖਿਆ ਮੈਂ ਬਜ਼ੁਰਗ ਹਾਂ, ਤੂੰ ਜਵਾਨ ਹੈ, ਮੇਰੀ ਮਮਤਾ ਵਿੱਚ ਹੁਣ ਉਹ ਖਿੱਚ ਨਹੀਂ ਰਹੀ ਵੀ ਤੂੰ ਮੁੜੇ, ਪਰ ਹੋ ਸਕਦਾ
ਤੈਨੂੰ ਤੇਰਾ ਮੋਹ ਮੋੜ ਸਕੇ। ਇਤਿਹਾਸ ਕਹਿੰਦਾ ਵੀ ਉਸ ਨੌਜਵਾਨ ਦੀ ਧਰਮ ਪਤਨੀ ਮਾਂ ਦੇ ਕੋਲ ਖੜੀ ਹੈ, ਮਾਂ ਨੇ ਆਖਿਆ ਧੀਏ ਤੂੰ ਇਹਨੂੰ ਕੁਝ ਸਮਝਾ। ਇਤਿਹਾਸ ਕਹਿੰਦਾ ਇਸ ਨੌਜਵਾਨ ਦਾ ਨਾਮ ਹੈਗਾ ਭੀਮ ਸਿੰਘ, ਇਹ ਸ਼ਾਦੀ ਕਰਾ ਕੇ ਵਿਆਹ ਕਰਾ ਕੇ ਅਜੇ ਘਰ ਨੂੰ ਜਾ ਹੀ ਰਿਹਾ ਸੀ, ਅਜੇ ਮਾਂ ਨੇ ਇਹਨੂੰ ਪੁੱਤ ਦੇ ਸਿਰ ਤੋਂ ਪਾਣੀ ਮਾਰ ਕੇ ਵੀ ਨਹੀਂ ਸੀ ਪੀਤਾ, ਰਾਹ ਦੇ ਵਿੱਚੋਂ ਹੀ ਇਹਨੂੰ ਚੁੱਕ ਲੈਂਦਾ ਗਿਆ ਸੀ। ਇਤਿਹਾਸ ਕਹਿੰਦਾ ਉਸੇ ਤਰ੍ਹਾਂ ਸਜੀ ਸਜਾਈ ਦੁਲਹਨ ਨੂੰ ਨਾਲ ਲੈ ਕੇ ਨੂੰਹ ਨੂੰ ਨਾਲ ਲੈ ਕੇ ਮਾਂ ਕਤਲਗਾਹ ਵਿੱਚ ਪਹੁੰਚ ਗਈ। ਮਾਂ ਨੇ ਆਖਿਆ ਧੀਏ ਤੂੰ ਕੁਝ ਸਮਝਾ, ਤੇਰਾ ਪਤੀ ਸ਼ਹੀਦ ਹੋਣਾ ਚਾਹੁੰਦਾ, ਤੂੰ ਇਹਨੂੰ ਰੋਕ। ਆ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਹੋ ਰਿਹਾ, ਭਾਈ ਹਰਮਿੰਦਰ ਸਿੰਘ ਮਿੰਟੂ ਉਹਨਾਂ ਦੀ ਸ਼ਹੀਦ ਯਾਦ ਵਿੱਚ ਇਹ ਸਮਾਗਮ ਹੋ ਰਿਹਾ। ਉਹਨਾਂ ਨੇ ਨਹੀਂ ਪਰਵਾਹ ਕੀਤੀ ਆਪਣੀ ਜ਼ਿੰਦਗੀ ਦੀ, ਨਹੀਂ ਪਰਵਾਹ ਕੀਤੀ ਆਪਣੇ ਘਰਾਂ ਦੀ, ਕੇਵਲ ਤੇ ਕੇਵਲ ਅੱਤ ਹੀ ਰਣ ਮੈਂ ਤਬ ਜੂਜ ਮਰੂ, ਧਰਮ ਦੇ ਮੈਦਾਨ ਵਿੱਚ ਮਰਨਾ ਹੈ, ਧਰਮ ਤੋਂ ਕੁਰਬਾਨ ਕਰਨਾ ਹੈ ਆਪਣੀ ਇਸ ਜ਼ਿੰਦਗੀ ਨੂੰ, ਗੁਰੂ ਦੇ ਲੈ ਕੇ ਲਾਉਣਾ ਕਹੇ ਜਨਮ। ਜਿਨ੍ਹਾਂ ਹੀ ਜ਼ਿੰਦਗੀ ਦੀ ਪਰਵਾਹ ਕੀਤੀ, ਸਾਰਾ ਜੀਵਨ ਸੰਘਰਸ਼ ਵਿੱਚ ਲੰਘਾ ਦਿੱਤਾ, ਜਿਨ੍ਹਾਂ ਨੇ ਮੌਤ, ਜਿਹੜੇ ਮੌਤ ਨੂੰ ਮਖੌਲਾ ਕਰਦੇ ਹੋਣ, ਉਹ ਜ਼ਿੰਦਗੀ ਨੂੰ ਕਦੋਂ ਪਿਆਰ ਕਰਦੇ ਨੇ। ਇਤਿਹਾਸ ਕਹਿੰਦਾ ਨੂੰਹ ਅੱਗੇ ਵਧੀ, ਉਹਨੇ ਸ਼ਗਨਾਂ ਵਾਲੇ ਸ਼ਾਲ ਦੇ ਵਿੱਚੋਂ ਆਪਣੇ ਮਹਿੰਦੀ ਵਾਲੇ ਹੱਥ ਅੱਗੇ ਕੱਢੇ, ਆਪਣੇ ਪਤੀ ਨੂੰ ਵਿਖਾਏ ਔਰ ਬੜੇ ਮੋਹ ਭਰੇ ਸ਼ਬਦ ਕਹੇ। ਉਸ ਪਤਨੀ ਨੇ ਆਖਿਆ ਮੇਰੀ ਸ਼ਗਨਾਂ ਦੀ ਮਹਿੰਦੀ ਨਾ ਖੂਨ ਬਣਾਵੀ, ਮੇਰੀ ਸ਼ਗਨਾਂ ਦੀ ਮਹਿੰਦੀ ਨਾ ਖੂਨ ਬਣਾਵੀ, ਮੇਰੀ ਭਰੀ ਜਵਾਨੀ ਨਾ ਖਾਕ ਮਿਲਾਵੀ, ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ, ਸੌ ਜੁੜੇ ਚ ਲੱਗੀਆਂ ਕਿਤੇ ਤੋੜ ਨਾ ਜਾਵੀ। ਪਤੀ ਵੇਖੀ ਕਿਤੇ ਸਾਥ ਹੋਣੇ ਨਾ ਛੱਡ ਦੇ, ਅਜੇ ਤੇ ਜੀਵਨ ਦੀ ਜਿਹੜੀ ਲੀਲਾ ਹੈ ਉਹ ਸ਼ੁਰੂ ਹੋਣੀ ਹੈ, ਅਜੇ ਤੇ ਮਾਰਗ ਸ਼ੁਰੂ ਹੋਣਾ, ਅਜੇ ਤੇ ਸਾਥ ਨਿਭਾਉਣ ਦਾ ਪ੍ਰਣ ਕੀਤਾ, ਅੱਧ ਵਾਟੇ ਨਾ ਛੱਡ ਦੇ। ਇਹ ਉਹਨੇ ਮੋਹ ਭਰੇ ਸ਼ਬਦ ਕਹੇ। ਜੇ ਤੇ ਗੁੰਦਾ ਕੋਈ ਆਮ ਮਾਮੂਲੀ ਉਹ ਡੋਲ ਜਾਂਦਾ, ਪਰ ਉਹ ਪੜ੍ਹਨ ਵਾਲਾ ਸੀ ਤੇ ਸਰਵਰ ਹੈ ਪਹਿਲੇ ਨਿਵਾਸਾ ਪਾਣੀ ਪਾਵ ਕਿਤਨੇ ਹੈਗੀ ਆ, ਉਹ ਰੋਜ਼ ਉਹ ਸ਼ਬਦ ਪੜ੍ਹਦਾ ਸੀ। ਉਸ ਸਿੱਖ ਨੇ ਉੱਤਰ ਦਿੱਤਾ ਪੀਆ ਤੇਰਾ ਸੱਜਣੀ ਜਿਵੇਂ ਤੈਨੂੰ ਪਿਆਰਾ, ਤਿਵੇਂ ਮੈਨੂੰ ਮੇਰਾ ਪ੍ਰਭ ਪ੍ਰਾਣ ਆਧਾਰਾ, ਇਹ ਪਤਨੀ ਜਿਵੇਂ ਤੈਨੂੰ ਆਪਣਾ ਪਤੀ ਪਿਆਰਾ ਲੱਗਦਾ, ਨਾ ਮੈਨੂੰ ਵੀ ਇਸੇ ਤਰ੍ਹਾਂ ਆਪਣਾ ਗੁਰੂ ਪਿਆਰਾ ਲੱਗਦਾ, ਧਰਮ ਪਿਆਰਾ ਲੱਗਦਾ, ਪੀਆ ਤੇਰਾ ਸੱਜਣੀ ਜਿਵੇਂ ਤੈਨੂੰ ਪਿਆਰਾ, ਕਿਵੇਂ ਮੈਨੂੰ ਮੇਰਾ ਪ੍ਰਭ ਪ੍ਰਾਣ ਅਧਾਰਾ, ਕੱਚ ਬਦਲੇ ਹੀਰਾ ਤੱਜ ਦਾ ਕੋਈ ਤੱਕਿਆ, ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ, ਕੀ ਪਤਾ ਹੁਣੇ ਮੇਰੇ ਸਵਾਸ ਮੁੱਕ ਜਾਣ, ਤੇਰੇ ਸਵਾਸ ਮੁੱਕ ਜਾਣ, ਫਿਰ ਸਾਡਾ ਸਾਥੀ ਕੌਣ ਹੈ? ਇਸ ਲਈ ਮੈਂ ਧਰਮ ਤੋਂ ਆਪਾਂ ਕੁਰਬਾਨ ਕਰਾਂਗਾ, ਮੋਹ ਬਦਲੇ ਮਮਤਾ ਬਦਲੇ ਧਰਮ ਨਹੀਂ ਛੱਡਾਂਗਾ। ਨੌਜਵਾਨ ਅੱਗੇ ਵਧਿਆ, ਆਖਿਆ ਜਲਾਦਾ ਤਲਵਾਰ ਦਾ ਵਾਰ ਕਰ, ਮੈਨੂੰ ਮੇਰੇ ਦੂਰ ਜਾਂਦੇ ਵੀਰਾਂ ਨਾਲ ਮੈਨੂੰ ਮਿਲਾ, ਨਾ ਮਾਂ ਦੀ ਮਮਤਾ ਵੇਖੀ, ਨਾ ਪਤਨੀ ਦਾ ਮੋਹ ਵੇਖਿਆ, ਸਿੱਖ ਗੁਰੂ ਤੋਂ ਕੁਰਬਾਨ ਹੋ ਗਿਆ, ਸ਼ਹਾਦਤ ਦੇ ਦਿੱਤੀ। ਜਦੋਂ ਸ਼ਹੀਦ ਹੋਇਆ ਤੇ ਮਾਂ ਨੇ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡ ਦਿੱਤਾ। ਜਲਾਦ ਆਖਣ ਲੱਗਾ ਹੈ ਮਾਤਾ ਇਹ ਕੀ ਤਮਾਸ਼ਾ ਹੈ, ਹੁਣੇ ਤਾਂ ਤੂੰ ਕਹਿ ਰਹੀ ਸੀ ਕਿ ਤੇਰਾ ਪੁੱਤ ਹਿੰਦੂ ਹੈ, ਇਹਨੂੰ ਛੱਡ ਦਿਓ, ਹੁਣ ਉਹ ਸ਼ਹੀਦ ਹੋ ਗਿਆ, ਤੇਰੇ ਆਖੇ ਨਹੀਂ ਲੱਗਿਆ ਤੇ ਤੂੰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡ ਦਿੱਤਾ। ਮਾਂ ਆਖਣ ਲੱਗੀ ਮੈਂ ਮਮਤਾ ਵਿੱਚ ਆ ਗਈ ਸਾਂ, ਮੈਂ ਡੋਲ ਗਈ ਸਾਂ, ਪਰ ਮੈਨੂੰ ਮਾਂ ਨੇ ਵੀ ਮੇਰਾ ਪੁੱਤ ਨਹੀਂ ਡੋਲਿਆ, ਜੇ ਡੋਲ ਜਾਂਦਾ ਸਿੱਖੀ ਛੱਡ ਦਿੰਦਾ, ਮੈਂ ਜਿੱਥੋਂ ਲੰਘਣਾ ਸੀ ਲੋਕਾਂ ਨੇ ਕਹਿਣਾ ਸੀ ਉਹ ਵੇਖੋ ਗਦਾਰ ਦੀ ਮਾਂ ਜਾ ਰਹੀ ਹੈ, ਜਿੱਥੋਂ ਲੰਘਣਾ ਸੀ ਲੋਕਾਂ ਨੇ ਕਹਿਣਾ ਸੀ ਉਹ ਵੇਖੋ ਗਦਾਰ ਦੀ ਮਾਂ ਜਾ ਰਹੀ ਹੈ, ਮੇਰਾ ਪੁੱਤਰ ਮੇਰਾ ਸਿਰ ਉੱਚਾ ਕਰ ਗਿਆ, ਹੁਣ ਮੈਂ ਲੋਕਾਂ ਵਿੱਚੋਂ ਮੁੱਖ ਉੱਚਾ ਕਰਕੇ ਲੰਘ ਸਕਾਂਗੀ, ਹੁਣ ਮੈਂ ਜਿੱਥੋਂ ਲੋਕਾਂ ਲੰਘਾਂਗੀ। ਲੋਕ ਸਤਿਕਾਰ ਨਾਲ ਹੱਥ ਜੋੜ ਕੇ ਸਿਰ ਝੁਕਾ ਕੇ ਆਖਣਗੇ ਉਹ ਵੇਖੋ ਸ਼ਹੀਦ ਦੀ ਮਾਂ ਜਾ ਰਹੀ, ਹੁਣ ਮੈਨੂੰ ਸ਼ਹੀਦ ਦੀ ਮਾਂ ਕਿਹਾ ਜਾਏਗਾ। ਇਤਿਹਾਸ ਕਹਿੰਦਾ ਮਾਂ ਜਕਾਰੇ ਲਾਉਂਦੀ ਹੋਈ ਵਾਪਸ ਆ ਗਈ। 5 ਮਾਰਚ ਅਤੇ 6 ਮਾਰਚ ਦਿਨਾਂ ਦੋ ਦਿਨਾਂ ਵਿੱਚ 200 ਸਿੰਘ ਸ਼ਹੀਦ ਹੋਇਆ, ਇੱਕ ਨੇ ਵੀ ਸਲਾਮ ਨਹੀਂ ਪ੍ਰਵਾਨ ਕੀਤਾ, ਧਰਮ ਨਹੀਂ ਛੱਡਿਆ। ਇਤਿਹਾਸ ਕਹਿੰਦੇ ਜਿਹੜਾ ਕੋਤਵਾਲ ਹੈ ਸਰਬਰਾ ਖਾਨ ਨੂੰ ਬਾਦਸ਼ਾਹ ਦੇ ਕੋਲ ਪਹੁੰਚਿਆ, ਬਾਦਸ਼ਾਹ ਆਖਣ ਲੱਗਾ ਕਿੰਨੇ ਦੋ ਦਿਨਾਂ ਵਿੱਚ ਜੇਲ੍ਹ ਵਿੱਚੋਂ ਕੱਢੇ? ਸਰਬਰਾ ਖਾਨ ਨੇ ਕਿਹਾ 200। ਕਿੰਨੇ ਮਾਰੇ ਗਏ ਬਾਦਸ਼ਾਹ? 200। ਇੱਕ ਵੀ ਨਹੀਂ ਡੋਲਿਆ? ਬਿਲਕੁਲ ਵੀ ਨਹੀਂ। ਤੂੰ ਉਹਨਾਂ ਨੂੰ ਡਰਾਇਆ ਧਮਕਾਇਆ ਨਹੀਂ, ਲਾਲਚ ਨਹੀਂ ਦਿੱਤਾ? ਬਾਦਸ਼ਾਹ ਡਰਾਇਆ ਧਮਕਾਇਆ ਲਾਲਚ ਦਿੱਤੇ ਪਰ ਉਹ ਡੋਲੇ ਨਹੀਂ।
ਉਹ 200 ਦਾ 200 ਹੀ ਕੁਰਬਾਨ ਹੋ ਗਿਆ। ਬਾਦਸ਼ਾਹ ਆਖਣ ਲੱਗਿਆ ਕਿਵੇਂ ਹੋ ਸਕਦਾ 200 ਬੰਦਾ ਦੋ ਦਿਨਾਂ ਵਿੱਚ ਜੇਲ੍ਹ ਵਿੱਚੋਂ ਕੱਢਿਆ ਹੋਵੇ ਤੇ 200 ਦਾ 200 ਹੀ ਸ਼ਹੀਦ ਹੋਵੇ, ਇੱਕ ਵੀ ਇਸਲਾਮ ਨਾਲ ਪ੍ਰਵਾਨ ਕਰੇ, ਗੱਲ ਕਿਵੇਂ ਹੋ ਸਕਦੀ? ਬਾਦਸ਼ਾਹ ਨੇ ਕਿਹਾ ਮੈਂ ਇਸ ਗੱਲ ਦੀ ਪਰਖ ਕਰਾਂਗਾ ਡੋਲਦੇ ਕਿਉਂ ਨਹੀਂ। ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਨਾਲ ਲਿਆ, ਵਜ਼ੀਰ ਦੇ ਹੱਥ ਵਿੱਚ ਟੋਕਰੀ, ਟੋਕਰੀ ਦੇ ਵਿੱਚ ਦੋ ਰੋਟੀਆਂ, ਨਾਲ ਸਰਬਰਾ ਖਾਨ ਨੂੰ ਨਾਲ ਲਿਆ, ਕੁਝ ਸਿਪਾਹੀ ਨਾਲ ਲਏ। ਬਾਦਸ਼ਾਹ ਤੁਰਦਾ ਤੁਰਦਾ ਉਸ ਕੋਤਵਾਲੀ ਵਿੱਚ ਪਹੁੰਚਿਆ ਜਿੱਥੇ 500 ਸਿੰਘ ਜੇਲ੍ਹ ਵਿੱਚ ਬੈਠਾ ਹੈ। ਜੇਲ੍ਹ ਵਿੱਚ ਬੈਠੇ ਪੜ੍ਹਦੇ ਪਏ ਨੇ, ਕੋਈ ਕਹਿੰਦਾ ਹਮਰੀ ਕਰੋ ਹਾਜ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ, ਕੋਈ ਪੜ੍ਹਦਾ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅੱਜ ਤੇ ਸਾਡੇ ਕੋਲ ਬੜੇ ਸੁੱਖ ਨੇ, ਸੁੱਖ ਹੀ ਸੁੱਖ ਨੇ, ਅਸੀਂ ਤਾਂ ਵੀ ਕਹਿੰਦੇ ਹਾਂ ਜੀ ਬਿਜ਼ੀ ਬੜੇ ਹੋ ਗਏ ਹਾਂ, ਕਿੱਥੇ ਪਾਠ ਹੁੰਦਾ, ਪਾਠ ਕਰਨਾ ਤੇ ਵਿਹਲਿਆਂ ਦਾ ਕੰਮ ਹੈ, ਬਾਬਿਆਂ ਦਾ ਕੰਮ ਹੈ, ਅਸੀਂ ਤੇ ਕੰਮਾਂ ਧੰਦਿਆਂ ਵਾਲੇ ਲੋਕ ਹਾਂ, ਸਾਡੇ ਤੋਂ ਕਿੱਥੋਂ ਬਾਣੀ ਪੜੀ ਜਾਂਦੀ ਹੈ। ਪਰ ਉਹ ਜੇਲ੍ਹਾਂ ਵਿੱਚ ਬੈਠੇ ਵੀ ਪੜ੍ਹਦੇ ਪਏ ਨੇ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕੋਈ ਸੁਖਮ ਨਹੀਂ ਪੜ੍ਹਦਾ ਹੈ, ਚਿਹਰਿਆਂ ਤੇ ਖੁਸ਼ੀ ਹੈ। ਬਾਦਸ਼ਾਹ ਆਖਣ ਲੱਗਾ ਇਹਨਾਂ ਨੂੰ ਪਤਾ ਅਸੀਂ ਮਾਰੇ ਜਾਣਾ ਹੈ, ਪਰ ਇਹਨਾਂ ਨੂੰ ਡਰ ਨਹੀਂ ਲੱਗ ਰਿਹਾ। ਬਾਦਸ਼ਾਹ ਕ੍ਰੋਧ ਵਿੱਚ ਆਇਆ, ਉਹਨੇ ਜੇ ਉਸ ਟੋਕਰੀ ਦੇ ਵਿੱਚੋਂ ਦੋ ਰੋਟੀਆਂ ਚੁੱਕੀਆਂ, ਵਗਾ ਕੇ ਜੇਲ੍ਹ ਦੀਆਂ ਸਲਾਖਾਂ ਥਾਣੀ ਅੰਦਰ ਮਾਰੀਆਂ, ਇਹ ਦੋ ਰੋਟੀਆਂ ਇੱਕ ਬਜ਼ੁਰਗ ਬਾਬੇ ਦੀ ਝੋਲੀ ਵਿੱਚ ਜਾ ਕੇ ਡਿੱਗੀਆਂ। ਬਜ਼ੁਰਗ ਬਾਬੇ ਨੇ ਪ੍ਰਸ਼ਾਦੇ ਵੇਖੇ, ਉਹਦੀਆਂ ਅੱਖਾਂ ਖੁੱਲੀਆਂ, ਮਨ ਨੇ ਆਖਿਆ ਮਨਾ ਸ਼ੱਕ ਲੈ ਕਈ ਮਹੀਨੇ ਹੋ ਗਏ ਤੇ ਰੋਟੀ ਤੱਕ ਨਹੀਂ ਨਸੀਬ ਹੋਈ, ਸ਼ੱਕ ਲੈ, ਜ਼ੁਬਾਨ ਵੀ ਲਲਚਾਈ, ਅੱਖਾਂ ਵੀ ਲਲਚਾਈਆਂ, ਮਨ ਨੇ ਆਖਿਆ ਸ਼ੱਕ ਲੈ। ਜਦੋਂ ਸ਼ਕਣ ਲੱਗਾ ਆਤਮਾ ਨੇ ਆਖਿਆ ਨਹੀਂ ਬਜ਼ੁਰਗਾ ਤੂੰ ਆਪਣੀ ਉਮਰ ਭੋਗ ਲਈ ਹੈ, ਤੂੰ ਸੰਸਾਰ ਤੋਂ ਚਲਿਆ ਵੀ ਜਾਏਗਾ ਤੇ ਹੁਣ ਕੋਈ ਗੱਲ ਨਹੀਂ, ਤੇਰੇ ਸੱਜੇ ਪਾਸੇ 25 ਸਾਲਾਂ ਦਾ ਨੌਜਵਾਨ ਬੈਠਾ, ਨੌਜਵਾਨਾਂ ਦੇ ਸਿਰਾਂ ਤੇ ਕੌਮਾਂ ਰਾਜ ਕਰਦੀਆਂ ਨੇ, ਇਹਨਾਂ ਦੋ ਪ੍ਰਸ਼ਾਦੇ ਨੇ ਤੇਰੇ ਨਾਲੋਂ ਇਹਨੂੰ ਜ਼ਿਆਦਾ ਲੋੜ ਗਏ, ਇਹ ਪ੍ਰਸ਼ਾਦੇ ਨੂੰ ਦੇ। ਬਜ਼ੁਰਗ ਨੇ ਦੋ ਪ੍ਰਸ਼ਾਦੇ ਚੁੱਕੇ, ਨੌਜਵਾਨ ਦੀ ਝੋਲੀ ਵਿੱਚ ਰੱਖੇ, ਆਖਿਆ ਲੈ ਵੀਰੇ ਇਹ ਪ੍ਰਸ਼ਾਦੇ ਤੂੰ ਛਕ ਲੈ। ਨੌਜਵਾਨ ਦੀ ਝੋਲੀ ਵਿੱਚ ਪ੍ਰਸ਼ਾਦੇ ਆਏ, ਉਹਦੀਆਂ ਵੀ ਅੱਖਾਂ ਲਲਚਾਈਆਂ, ਮਨ ਨੇ ਆਖਿਆ ਛਕ ਲੈ, ਆਤਮਾ ਨੇ ਆਖਿਆ ਨਹੀਂ ਨੌਜਵਾਨਾਂ ਤੂੰ ਤਗੜਾ, ਤੇਰਾ ਸਰੀਰ ਤਗੜਾ, ਤੂੰ ਪ੍ਰਸ਼ਾਦਾ ਨਾ ਵੀ ਛਕੇ 4 ਦਿਨ ਹੋਰ ਕੱਢ ਸਕਦਾ, ਪਰ ਤੇਰੇ ਸੱਜੇ ਪਾਸੇ 13 ਸਾਲਾਂ ਦਾ ਬੱਚਾ ਬੈਠਾ, ਬੱਚਿਆਂ ਨੂੰ ਭੁੱਖ ਜ਼ਿਆਦਾ ਲੱਗਦੀ, ਇਸ ਲਈ ਇਹਨਾਂ ਦੋ ਪ੍ਰਸ਼ਾਦਿਆਂ ਦੀ ਇਹਨੂੰ ਜ਼ਿਆਦਾ ਲੋੜ ਹੈ, ਇਹ ਦੋ ਪ੍ਰਸ਼ਾਦੇ ਇਹਨੂੰ ਦੇ। ਨੌਜਵਾਨ ਨੇ ਦੋ ਪ੍ਰਸ਼ਾਦੇ ਚੁੱਕੇ, ਬੱਚੇ ਦੀ ਝੋਲੀ ਵਿੱਚ ਰੱਖੇ, ਪਿਆਰ ਨਾਲ ਉਹਦੇ ਮੋਢੇ ਤੇ ਹੱਥ ਧਰ ਕੇ ਆਖਿਆ ਲੈ ਵੀਰੇ ਇਹ ਪ੍ਰਸ਼ਾਦੇ ਤੂੰ ਛਕ ਲੈ। ਬੱਚੇ ਦੀ ਝੋਲੀ ਵਿੱਚ ਪ੍ਰਸ਼ਾਦੇ ਆਏ, ਉਹਦੀਆਂ ਵੀ ਅੱਖਾਂ ਲਲਚਾਈਆਂ, ਮਨ ਨੇ ਆਖਿਆ ਛਕ ਲੈ, ਪਰ ਉਹਦੀ ਜ਼ੁਬਾਨ ਤੇ ਜਾਪ ਸਾਹਿਬ ਦੀ ਬਾਣੀ ਦੇ ਸ਼ਬਦ ਨੇ ਪਰਮਾਤਮਕ ਹੈ, ਸਰਬਾਤਮਕ ਹੈ, ਆਤਮ ਬਸ ਹੈ, ਜਸ ਕੇ ਜਸ ਹੈ। ਜਦੋਂ ਇਹ ਸ਼ਬਦ ਪੜ੍ਹ ਰਿਹਾ, ਮਨ ਨੇ ਆਖਿਆ ਨਹੀਂ ਤੂੰ ਨਹੀਂ ਛਕਣੇ, ਪਹਿਲਾਂ ਦੂਜਿਆਂ ਨੂੰ ਪੁੱਛ, ਦੂਜਿਆਂ ਨੂੰ ਪੁੱਛ, ਜੇ ਉਹ ਛਕਣਗੇ ਫਿਰ। ਬੱਚਾ 13 ਸਾਲਾਂ ਦਾ ਉੱਠਿਆ, ਉਹਨੇ ਨੌਜਵਾਨ ਨੂੰ ਪਾਸ ਕੀਤਾ, ਉਸੇ ਬਜ਼ੁਰਗ ਦੇ ਸਾਹਮਣੇ ਜਾ ਕੇ ਖੜਾ ਹੋਇਆ, ਬਜ਼ੁਰਗ ਬਾਬੇ ਦੀ ਝੋਲੀ ਵਿੱਚ ਪ੍ਰਸ਼ਾਦੇ ਰੱਖੇ, ਉਸ ਬੱਚੇ ਨੇ ਆਵਾਜ਼ ਦੇ ਕੇ ਆਖਿਆ ਲੈ ਬਾਪੂ ਇਹ ਪ੍ਰਸ਼ਾਦੇ ਤੂੰ ਛਕ ਲੈ। ਜਦੋਂ ਗੇੜਾ ਖਾ ਕੇ ਪ੍ਰਸ਼ਾਦੇ ਬਜ਼ੁਰਗ ਦੇ ਕੋਲ ਵਾਪਸ ਆ ਗਏ, ਬਜ਼ੁਰਗ ਨੇ 13 ਸਾਲਾਂ ਦੇ ਬੱਚੇ ਦਾ ਸਬਰ ਵੇਖਿਆ, ਸਿਦਕ ਵੇਖਿਆ, ਹੈਰਾਨ ਹੋ ਗਿਆ, ਤੇ ਨਾਲ ਹੀ ਬਾਦਸ਼ਾਹ ਦੀ ਚਲਾਈ ਕੋਈ ਚਾਲ ਉਸ ਬਜ਼ੁਰਗ ਬਾਬੇ ਦੀ ਸਮਝ ਵਿੱਚ ਆ ਗਈ ਵੀ ਬਾਦਸ਼ਾਹ ਸੋਚਦਾ ਵੀ ਮੈਂ ਰੋਟੀਆਂ ਸੁੱਟਾਂਗਾ, ਤੇ ਇਹਨਾਂ ਨੂੰ ਕਈ ਮਹੀਨੇ ਹੋ ਗਏ ਤੇ ਰੋਟੀ ਮਿਲੇ ਨੂੰ, ਤੇ ਇਹ ਕੁੱਕੜਾਂ ਦੀ ਤਰ੍ਹਾਂ ਲੜਦੇ ਫਿਰਨਗੇ ਵੀ ਮੈਂ ਖਾਣੀਏ ਤੇ ਮੈਂ ਖਾਣੀਏ। ਪਰ ਜਦੋਂ ਬਜ਼ੁਰਗ ਬਾਬੇ ਨੇ ਵੇਖਿਆ ਨਾ ਕਿ ਸਾਰੇ ਸਿੰਘ ਇੱਕ ਨੂੰ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਉ ਜੀ, ਉਹ ਸਾਰੇ ਸਬਰ ਵਾਲੇ ਨੇ। ਬਜ਼ੁਰਗ ਬਾਬਾ ਰੋਹ ਵਿੱਚ ਭਰ ਗਿਆ, ਉਹਨੇ ਬੱਚੇ ਨੂੰ ਪਾਸੇ ਕੀਤਾ, ਦੋ ਪ੍ਰਸ਼ਾਦੇ ਚੁੱਕੇ ਨੇ, ਜੋਸ਼ ਵੀ ਚਾ ਕੇ ਵਗਾ ਕੇ ਦੋ ਪ੍ਰਸ਼ਾਦੇ ਬਾਦਸ਼ਾਹ ਦੇ ਪੈਰਾਂ ਵਿੱਚ ਮਾਰੇ, ਆਖਿਆ ਉਹ ਬਾਦਸ਼ਾਹ ਤੂੰ ਸੋਚਦਾ ਵੀ ਖਾਲਸਾ ਰੋਟੀਆਂ ਦੇ ਵਾਸਤੇ ਲੜੇਗਾ, ਤੂੰ ਸੋਚਦਾ ਇਹਨਾਂ ਦੋ ਰੋਟੀਆਂ ਦੇ ਨਾਲ ਖਾਲਸੇ ਦਾ ਸਿਦਕ ਪਰਖਦਾ, ਇਹ ਦੋ ਰੋਟੀਆਂ ਤੇ ਕੀ, ਅਗਰ ਤੂੰ ਆਪਣਾ ਰਾਜ ਭਾਗ ਵੀ ਦਵੇ
ਗੁਰੂ ਕਾ ਖਾਲਸਾ ਜੁੱਤੀ ਦੇ ਨੋਕ ਤੇ ਟੁਕਰਾਵੇਗਾ, ਸਾਨੂੰ ਰਾਜ ਭਾਗ ਵੀ ਆਪਣਾ ਦਵੇ, ਅਸੀਂ ਤਾਂ ਵੀ ਇੱਕ ਦੂਜੇ ਨੂੰ ਕਵਾਂਗੇ ਤੂੰ ਬਾਦਸ਼ਾਹ ਬਣ ਜਾ, ਤੂੰ ਬਾਦਸ਼ਾਹ ਬਣ ਜਾ। ਇਹ ਤੇ ਰੋਟੀਆਂ ਨੇ, ਰੋਟੀਆਂ ਤੋਂ ਤੇ ਕੀ ਲੜਨਾ, ਅਸੀਂ ਤੇ ਰਾਜ ਭਾਗ ਵੀ ਮਿਲੇ ਤਾਂ ਵੀ ਨੀ ਲੜਾਂਗੇ। ਬਾਦਸ਼ਾਹ ਹੈਰਾਨ ਹੋਇਆ, ਉਹਨੇ ਖਾਦ ਚੁੱਕੀ, ਮੱਥੇ ਨੂੰ ਲਾਈ, ਆਖਣ ਲੱਗਾ ਇਹੋ ਜਿਹੇ ਲੋਕ ਆਉਣ ਵਾਲੇ ਸਮੇਂ ਵਿੱਚ ਰਾਜ ਕਰਨਗੇ, ਇਹਨਾਂ ਦੇ ਤਖ਼ਤ ਹੋਣਗੇ। ਇਤਿਹਾਸ ਕਹਿੰਦਾ ਦਿੱਲੀ ਦੇ ਉਹਨਾਂ ਦਿਨਾਂ ਵਿੱਚ ਗੋਲੀਆਂ ਸਨ, ਦਿੱਲੀ ਦੇ ਲੋਕ ਪਾਣੀ ਵਿੱਚ ਰੰਗ ਪਾ ਕੇ, ਰੰਗ ਨੂੰ ਸ਼ੀਸ਼ੀਆਂ ਵਿੱਚ ਪਾ ਕੇ, ਇੱਕ ਦੂਜੇ ਤੇ ਉਹ ਰੰਗ ਸੁੱਟ ਕੇ ਹੋਲੀਆਂ ਮਨਾ ਰਹੇ ਸਨ। ਪਰ 5 ਮਾਰਚ ਤੋਂ ਲੈ ਕੇ 11 ਮਾਰਚ ਤੱਕ ਇਹਨਾਂ ਹੋਲੀਆਂ ਦੇ ਦਿਨਾਂ ਵਿੱਚ 7 ਦਿਨਾਂ ਦੇ ਵਿੱਚ 700 ਸਿੰਘ ਨੇ ਸ਼ਹੀਦੀ ਦੇ ਕੇ ਆਪਣੇ ਖੂਨ ਦਾ ਹੋਲਾ ਮੁਹੱਲਾ। ਖਿਲਾਉਣਾ ਜਿਸਮ ਕੋ
खुशी से फोड़ देते हैं। ना तक तो ना ताजो ना भूलो की हसरत, अगर खुदा भी दे खुदाई, अगर खुदा भी दे खुदाई तो वापस मोड़ देते हैं। ਜਦੋਂ ਅਸੀਂ ਇਤਿਹਾਸ ਸੁਣਦੇ ਹਾਂ ਤੇ ਅੱਜ ਸਾਨੂੰ ਲੋੜ ਹੈ ਆਪਣੀ ਸਵੈ ਪੜਚੋਲ ਕਰਨ ਦੀ। ਸਾਡੇ ਵੱਡ ਵਡੇਰਿਆਂ ਨੂੰ ਰਾਜ ਭਾਗ ਤਾਜ ਮਿਲਦੇ ਨੇ, ਉਹ ਜੁੱਤੀ ਦੀ ਨੋਕ ਤੇ ਠੁਕਰਾਉਂਦੇ ਨੇ ਕਿ ਅੱਜ ਗੁਰੂ ਕੇ ਸਿੱਖ ਦੇ ਵਿੱਚ ਉਹ ਸਬਰ ਤੇ ਸਿਦਕ ਹੈ। ਅੱਜ ਗੁਰੂ ਤੋਂ ਅਹੁਦੇ ਕੁਰਬਾਨ ਕਰਨ ਦੀ ਹਿੰਮਤ ਸਿੱਖ ਰੱਖਦਾ। ਅੱਜ ਤੇ ਅਹੁਦੇ ਪਿਆਰੇ ਨੇ ਗੁਰੂ ਦੇ ਧਰਮ ਦੇ ਨਾਲੋਂ, ਗੁਰੂ ਦੇ ਸਤਿਕਾਰ ਨਾਲੋਂ, ਗੁਰੂ ਦੇ ਬਚਨਾਂ ਨਾਲੋਂ ਅਹੁਦਿਆਂ ਨੂੰ ਚੁੰਬੜ ਕੇ ਸਿੱਖ ਬੈਠਾ। ਅਹੁਦੇ ਨਹੀਂ ਜਾਣੇ ਚਾਹੀਦੇ, ਕੁਰਸੀਆਂ ਨਹੀਂ ਸਾਡੀਆਂ ਜਾਣੀਆਂ ਚਾਹੀਦੀਆਂ, ਧਰਮ ਜਿੱਧਰ ਮਰਜ਼ੀ ਜਾਵੇ। ਕੇਵਲ ਤੇ ਕੇਵਲ ਰਾਜਨੀਤਿਕ ਲੋਕਾਂ ਦੇ ਚਾਪਲੂਸ ਅਸੀਂ ਬਣ ਕੇ ਰਹਿ ਗਏ। ਰਾਜ ਭਾਗ ਕਾਇਮ ਕਰਨ ਵਾਲੀ ਕੌਮ ਸਿੱਖ ਕੌਮ ਹੈ, ਪਰ ਅੱਜ ਵੀ ਜਿਹੜਾ ਸਿੱਖ ਗੁਰੂ ਦੇ ਆਸ਼ੇ ਤੇ ਚੱਲੇਗਾ, ਭਾਵੇਂ ਉਹ ਟੁੱਟੀ ਚੌਂਪੜੀ ਵਿੱਚ ਰਹਿੰਦਾ, ਗੁਰੂ ਸਾਹਿਬ ਕਹਿੰਦੇ ਨੇ ਸਾਡੀ ਨਜ਼ਰ ਵਿੱਚ ਉਹ ਰਾਜ ਆਈਏ, ਸਾਡੀ ਨਜ਼ਰ ਵਿੱਚ ਉਹ ਰਾਜ ਆਈਏ, ਬਸਤਾ ਤੁਲਟੀ ਚੁੰਪੜੀ ਚੀਰ ਸਭ ਛਿੰਨਾ। ਇਸ ਸ਼ਬਦ ਦੇ ਅਖੀਰ ਤੇ ਮਹਾਰਾਜ ਕਹਿੰਦੇ ਨੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਉਹ ਰਾਜਾ ਹੀ ਹੈ ਸਾਰੀ ਦੁਨੀਆਂ ਦਾ ਜਿਹੜਾ ਗੁਰੂ ਦੇ ਨਾਮ ਨੂੰ ਜਪਦਾ। ਇਤਿਹਾਸ ਕਹਿੰਦਾ 5 ਮਾਰਚ ਤੋਂ ਲੈ ਕੇ 11 ਮਾਰਚ ਤੱਕ 7 ਦਿਨਾਂ ਵਿੱਚ 700 ਸਿੰਘ ਸ਼ਹੀਦ ਹੋਇਆ। 7 ਦਿਨਾਂ ਵਿੱਚ 700 ਸਿੰਘ ਸ਼ਹੀਦ ਹੋਇਆ, ਕਿਹਨੇ ਵੀ ਸਲਾਮ ਨੇ ਪ੍ਰਵਾਨ ਕੀਤਾ। ਫਿਰ ਉਦੋਂ ਬਾਅਦ ਵਿੱਚ 11 ਮਾਰਚ ਤੋਂ ਲੈ ਕੇ 18 ਜੂਨ ਤੱਕ 3.25 ਮਹੀਨੇ ਦਾ ਸਮਾਂ ਗਏ। ਜਿਹੜੇ 34 ਜਥੇਦਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਗਏ, ਉਹਨਾਂ ਦਾ ਪੁੱਤਰ ਅਜੈ ਸਿੰਘ ਗਏ, ਬੜਾ ਟੋਰਚਰ ਕੀਤਾ ਗਿਆ ਸਾਰਿਆਂ ਨੂੰ, ਧਰਮ ਛੱਡ ਦਿਓ ਧਰਮ ਛੱਡ ਦਿਓ। ਅੱਜ ਵੀ ਜਿਹੜੇ ਸਿੱਖ ਜੇਲ੍ਹਾਂ ਵਿੱਚ ਬੈਠੇ ਨੇ, ਜਿਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਨੇ, ਸਜ਼ਾਵਾਂ ਵੀ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਨੇ, ਭਾਈ ਜਗਤਾਰ ਸਿੰਘ ਹਵਾਰੇ ਵਰਗੇ, ਭਾਈ ਰਾਜੋਵਾਣੀ ਵਰਗੇ, ਔਰ ਭਾਈ ਗੁਰਮਿੰਦਰ ਸਿੰਘ ਮਿੰਟੂ ਵਰਗੇ ਜਿਹੜੇ ਗੁਰਮੁਖ ਪਿਆਰੇ ਅੱਜ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਚੁੱਕੇ ਨੇ। ਕਹਿਣ ਤੋਂ ਭਾਵ ਭਾਈ ਜਗਤਾਰ ਸਿੰਘ ਤਾਰੇ ਵਰਗੇ ਗੁਰਸਿੱਖ ਜਿਹੜੇ ਨੇ, ਕੋਲੋਂ ਬਣਾ ਬਣਾ ਕੇ ਉਹਨਾਂ ਤੇ ਮੁਕੱਦਮੇ ਦਰਜ ਕਰਕੇ ਝੂਠੇ ਕੇਸਾਂ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ, ਬਾਹਰ ਆ ਸਕਦੇ ਨੇ 1 ਮਿੰਟ ਤੋਂ ਪਹਿਲਾਂ ਜੇਲ੍ਹ ਵਿੱਚੋਂ, ਕਿਵੇਂ ਆ ਸਕਦੇ ਨੇ ਜੇ ਸਮਝੌਤੇ ਕਰ ਲੈਣ, ਜੇ ਵਿਕ ਜਾਣ। ਪਰ ਗੁਰੂ ਨਾਨਕ ਦੇ ਸਿੱਖ ਦੇ ਸਿਧਾਂਤ ਵਿੱਚ ਨਹੀਂ ਝੁਕਣਾ ਤੇ ਵਿਕਣਾ, ਟੁੱਟ ਜਾਣਾ ਹੈ, ਸ਼ਹੀਦ ਹੋ ਜਾਣਾ ਹੈ। ਜੇਲ੍ਹ ਦੇ ਅੰਦਰ ਭਾਵੇਂ ਸਾਰੀ ਜ਼ਿੰਦਗੀ ਗੌਰਮੈਂਟ ਲੰਘਾ ਦੇਵੇ, ਪਰ ਗੌਰਮੈਂਟ ਕਹਿੰਦੀ ਹੈ ਸਮਝੌਤਾ ਕਰਕੇ ਬਾਹਰ ਆਓ, ਗੁਰੂ ਕੇ ਸਿੱਖ ਕਹਿੰਦੇ ਨੇ ਨਹੀਂ, ਸਮਝੌਤੇ ਕਰਕੇ ਆਜ਼ਾਦੀ ਦੀ ਜ਼ਿੰਦਗੀ ਜੀ, ਇਹ ਕਾਹਦੀ ਜ਼ਿੰਦਗੀ ਹੈ, ਉਹਦੇ ਨਾਲੋਂ ਤੇ ਗੁਲਾਮੀ ਦਾ ਪਿੰਜਰਾ ਚੰਗਾ ਹੈ। ਜੇ ਸਮਝੌਤੇ ਕਰਕੇ ਜ਼ਿੰਦਗੀ ਬਤੀਤ ਕਰਨੀ ਹੈ, ਅੰਦਰ ਭਾਵੇਂ ਸ਼ਹੀਦ ਹੋ ਜਾਈਏ, ਅੰਦਰ ਭਾਵੇਂ ਆਪਣਾ ਆਪ ਸਾਡਾ ਖਤਮ ਹੋ ਜਾਏ, ਸਾਰੀ ਉਮਰ ਸਾਨੂੰ ਜੇਲ੍ਹਾਂ ਵਿੱਚ ਭਾਵੇਂ ਬੰਦ ਰੱਖ ਲਓ, ਪਰ ਜਿਸ ਦਿਨ ਬਾਹਰ ਆਵਾਂਗੇ, ਆਜ਼ਾਦ ਹੋ ਕੇ ਬਾਹਰ ਆਵਾਂਗੇ, ਸਮਝੌਤੇ ਕਰਕੇ ਨਹੀਂ, ਗੁਲਾਮ ਹੋ ਕੇ ਅਸੀਂ ਬਾਹਰ ਦੀ ਆਵਾਂਗੇ, ਉਦੋਂ ਪਹਿਲਾਂ ਅਸੀਂ ਅੰਦਰ ਚੰਗੇ ਖਾਂ, ਉਦੋਂ
ਬਹੁਤਾ ਅਸੀਂ ਅੰਦਰ ਚੰਗੇ ਹਾਂ, ਸਾਡੀ ਸੋਚ ਤੇ ਆਜ਼ਾਦ ਹੈ। ਜੇ ਜੇਲ੍ਹਾਂ ਤੋਂ ਬਾਹਰ ਆ ਕੇ ਸਾਡੀ ਸੋਚ ਹੀ ਸਰਕਾਰਾਂ ਦੀ ਗੁਲਾਮ ਹੋ ਗਈ, ਫਿਰ ਅਸੀਂ ਕਾਹਦੇ ਆਜ਼ਾਦ ਹਾਂ? ਜੇਲ੍ਹਾਂ ਵਿੱਚ ਬੈਠੇ ਕਮ ਸੇ ਕਮ ਸਾਡੀ ਆਤਮਾ ਤੇ ਜਿਉਂਦੀ ਹੈ, ਸਾਡੀ ਜ਼ਮੀਰ ਤੇ ਚੜ੍ਹਦੀ ਕਲਾ ਵਿੱਚ ਹੈ। ਗੁਰੂ ਕੇ ਸਿੱਖਾਂ ਦੇ ਇਹ ਬੋਲ ਬਾਲੇ ਹੋਇਆ ਕਰਦੇ ਨੇ, ਉਹ ਝੁਕਣ ਦੇ ਨਾਲੋਂ ਟੁੱਟ ਜਾਣਾ ਕਬੂਲ ਕਰਿਆ ਕਰਦੇ ਨੇ, ਸਮਝੌਤੇ ਨਹੀਂ ਗੁਲਾਮੀ ਨਹੀਂ। 18 ਜੂਨ ਦਾ ਦਿਨ ਹੈ, 18 ਜੂਨ ਬਾਦਸ਼ਾਹ ਫਰਕ ਸੀਅਰ ਨੇ ਐਲਾਨ ਕੀਤਾ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਦੇ ਜਿਹੜੇ 34 ਜਥੇਦਾਰ ਨੇ ਕੱਲ ਨੂੰ ਇਹਨਾਂ ਨੂੰ ਸ਼ਾਹੀ ਕਿਲ੍ਹੇ ਤੋਂ ਬਾਹਰ ਲਿਆਂਦਾ ਜਾਏ, ਇੱਕ ਵਾਰੀ ਸਾਰੀ ਦਿੱਲੀ ਦਾ ਗੇੜਾ ਦਵਾ ਕੇ ਕੁਤਬ ਮੀਨਾਰ ਦੇ ਕੋਲ ਬਿਠਾਇਆ ਜਾਏ ਔਰ ਉੱਥੇ ਪੁੱਛ ਲਿਆ ਜਾਏ ਇਹਨਾਂ ਨੂੰ ਜੇ ਇਸਲਾਮ ਪ੍ਰਵਾਨ ਕਰਦੇ ਨੇ ਠੀਕ ਹੈ, ਨਹੀਂ ਤੇ ਕੱਲ ਨੂੰ ਕਤਲ ਕਰ ਦਿੱਤੇ ਜਾਣ। ਇਤਿਹਾਸ ਕਹਿੰਦਾ 19 ਜੂਨ ਦਾ ਜਿਹੜਾ ਸੂਰਜ ਹੈ 3 ਨੇਜੀ ਅਸਮਾਨ ਵਿੱਚ ਉੱਚਾ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਉਹਦੇ ਨਾਲ ਦੇ ਜਿਹੜੇ ਸਾਥੀ 34 ਜਰਨੈਲ ਨੇ ਦਿੱਲੀ ਦੇ ਸ਼ਾਹੀ ਕਿਲ੍ਹੇ ਵਿੱਚੋਂ ਬਾਹਰ ਕੱਢੇ ਗਏ। ਉਹਨਾਂ ਨੂੰ ਸਾਰੀ ਦਿੱਲੀ ਦਾ ਇੱਕ ਵਾਰੀ ਗੇੜਾ ਦਵਾਇਆ ਗਿਆ। ਜਿਹੜੇ ਲੋਕ ਬਾਬੇ ਬੰਦਾ ਸਿੰਘ ਦਾ ਨਾਂ ਸੁਣ ਕੇ ਥਰ ਥਰ ਕੰਬਦੇ ਸਨ, ਅੱਜ ਉਹ ਕੋਠੀਆਂ ਤੇ ਚੜ੍ਹ ਚੜ੍ਹ ਕੇ ਬਾਬਾ ਬੰਦਾ ਸਿੰਘ ਨੂੰ ਵੇਖ ਰਹੇ ਨੇ, ਕਿਉਂਕਿ ਬਾਬਾ ਬੰਦਾ ਸਿੰਘ ਪਿੰਜਰੇ ਦੇ ਵਿੱਚ ਕੈਦ ਹੈ, ਪਿੰਜਰਾ ਹਾਥੀ ਉੱਤੇ ਰੱਖਿਆ ਹੋਇਆ। ਜਿਹੜੇ 34 ਸਿੰਘ ਨੇ, ਦੋ ਦੋ ਸਿੱਖ ਇੱਕ ਇੱਕ ਜੂਠ ਇੱਕ ਦੇ ਊਠ ਤੇ ਜੂੜ ਜੂੜ ਕੇ ਬੱਧੇ ਹੋਏ ਨੇ, ਦੋ ਦੋ ਸਿੰਘ ਜਿਹੜੇ ਨੇ ਇੱਕ ਇੱਕ ਊਠ ਉੱਤੇ ਜੂੜ ਜੂੜ ਕੇ ਬੱਧੇ ਹੋਏ ਨੇ। ਸਭ ਤੋਂ ਅਖੀਰਲੇ ਪਾਸੇ ਉਹ ਪਿੰਜਰਾ ਗਏ ਜਿਸ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੈ ਤੇ ਪਿੰਜਰਾ ਹਾਥੀ ਦੇ ਉੱਤੇ ਰੱਖਿਆ ਗਿਆ। ਜਦੋਂ ਇਹ ਜਲੂਸ ਚੱਲਦਾ ਚੱਲਦਾ ਦਿੱਲੀ ਦੇ ਵਿੱਚ ਲੂਣ ਮੰਡੀ ਦੇ ਕੋਲ ਪਹੁੰਚਿਆ, ਉਸ ਵੇਲੇ ਦਾ ਇੱਕ ਪੱਤਰਕਾਰ ਹੈ, ਜਰਨਲਿਸਟ ਹੈਗਾ, ਜਿਹਦਾ ਨਾਮ ਇਤਿਹਾਸ ਵਿੱਚ ਆਉਂਦਾ ਮਿਰਜ਼ਾ ਮੁਹੰਮਦ ਹਰੀ ਸੀ। ਉਹਨੇ ਇੱਕ ਗੁਰਸਿੱਖ ਦੇ ਚਿਹਰੇ ਵੱਲ ਨੂੰ ਵੇਖਿਆ, ਉਹ ਸਿੱਖ ਊਠ ਤੇ ਜੂੜ ਕੇ ਬੱਧਾ ਹੋਇਆ। ਸਿੱਖ ਦੇ ਚਿਹਰੇ ਤੇ ਖੁਸ਼ੀ ਹੈ, ਹਰੀ ਸੀ ਦੇ ਮਨ ਦੇ ਵਿੱਚ ਸਵਾਲ ਆਇਆ। ਉਹਨੇ ਆਖਿਆ, ਸਿੱਖਾ ਤੁਹਾਨੂੰ ਪਤਾ ਹੈ ਤੁਸੀਂ ਮਾਰੇ ਜਾਣਾ, ਤੁਹਾਨੂੰ ਡਰ ਨਹੀਂ ਲੱਗਦਾ, ਤੁਹਾਨੂੰ ਖੌਫ ਨਹੀਂ ਵੀ ਤੁਸੀਂ ਮਾਰੇ ਜਾਣਾ, ਤੁਹਾਨੂੰ ਕੋਈ ਚਿੰਤਾ ਨਹੀਂ? ਸਿੱਖ ਨੇ ਆਖਿਆ, ਹਰੀ ਸੀ ਜੀ ਸਾਨੂੰ ਚਿੰਤਾ ਨਹੀਂ, ਸਾਨੂੰ ਖੁਸ਼ੀ ਹੈ, ਅਣਖ ਦੀ ਜ਼ਿੰਦਗੀ ਅਸੀਂ ਜੀ ਲਈ ਹੈ, ਮਰਦਾਂ ਦੀ ਮੌਤੀ ਅਸੀਂ ਮਰਨ ਜਾ ਰਹੇ ਹਾਂ, ਡਰ ਕਾਹਦਾ ਸਾਨੂੰ ਤੇ ਚਾਕ ਹੈ, ਬੇਦਾਗ ਆਏ ਸਾਂ, ਬੇਦਾਗ ਸੰਸਾਰ ਤੋਂ ਜਾ ਰਹੇ ਹਾਂ, ਅਣਖ ਦੀ ਜ਼ਿੰਦਗੀ ਜੀ ਕੇ ਚੱਲੇ ਹਾਂ, ਮਰਦਾਂ ਦੀ ਮੌਤ ਤੇ ਮਰਨ ਜਾ ਰਹੇ ਹਾਂ, ਇਦੋਂ ਵਧੀਆ ਮੌਤ ਕਿਹੜੀ ਹੈ, ਸੂਰਮਿਆਂ ਵਾਲੀ ਮੌਤ ਮਰਨ ਚੱਲੇ ਹਾਂ, ਸਾਨੂੰ ਚਾਕ ਹੈ। ਇੰਨੀ ਗੱਲ ਕਹਿ ਕੇ ਗੁਰਸਿੱਖ ਅੱਗੇ ਲੰਘ ਗਿਆ। ਇਦੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਪਿੰਜਰਾ ਆਇਆ ਜਿਸ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੈ, ਪਿੰਜਰਾ ਹਾਥੀ ਉੱਤੇ ਰੱਖਿਆ। ਜਦੋਂ ਉਹਦੇ ਵੱਲ ਹਰੀ ਸੀ ਨੇ ਵੇਖਿਆ, ਫਿਰ ਹਰੀ ਸੀ ਦੇ ਮਨ ਦੇ ਵਿੱਚ ਇੱਕ ਡਾਊਟ ਆਇਆ, ਸ਼ੰਕਾ ਆਇਆ। ਉਹਨੇ ਆਪਣੇ ਕੋਲ ਖੜੇ ਇੱਕ ਆਫਿਸਰ ਨੂੰ ਪੁੱਛਿਆ, ਜਿਹੜਾ ਉਹ ਪਹਿਰਾ ਦੇ ਰਿਹਾ ਸੀ, ਆਫਿਸਰ ਮੈਂ ਪੁੱਛਣਾ ਚਾਹੁੰਦਾ, ਬੰਦਾ ਸਿੰਘ ਹਾਥੀ ਦੇ ਪਿੰਜਰੇ ਵਿੱਚ ਕੈਦ ਹੈ ਪਰ ਪਿੰਜਰੇ ਦੇ ਸੱਜੇ ਖੱਬੇ ਦੋ ਸਿਪਾਹੀ ਖੜੇ ਕੀਤੇ ਨੇ, ਕਿਉਂ? ਆਫਿਸਰ ਨੇ ਆਖਿਆ, ਬੰਦਾ ਸਿੰਘ ਕਰਾਮਾਤੀ, ਇਹਦੇ ਕੋਲ ਜਿਹਦੀਆਂ ਸਿੱਧੀਆਂ ਜਿਹਦੀਆਂ ਨੇ, ਜੰਤਰ ਮੰਤਰ ਤੰਤਰ ਨੇ, ਸਰਕਾਰ ਮੰਨਦੀ ਹੈ ਕਿ ਅੱਜ ਇਹਨੂੰ ਮਾਰਿਆ ਜਾਣਾ, ਇਹਨੂੰ ਪਤਾ ਹੈ ਅੱਜ ਮੈਂ ਮਾਰੇ ਜਾਣਾ, ਹੋ ਸਕਦਾ ਆਪਣੇ ਬਚਾਓ ਵਾਸਤੇ ਰਿੱਧੀਆਂ ਸਿੱਧੀਆਂ ਦਾ ਇਸਤੇਮਾਲ ਕਰੇ। ਜਦੋਂ ਇਹ ਨੰਦੇੜ ਹੁੰਦਾ ਸੀ, ਇਹ ਪਲੰਘਾ ਹਵਾ ਦੇ ਵਿੱਚ ਉਡਾ ਦਿੰਦਾ ਸੀਗਾ ਤੇ ਅੱਜ ਇਹਨੇ ਮਾਰੇ ਜਾਣਾ, ਹੋ ਸਕਦਾ ਆਪਣਾ ਪਿੰਜਰਾ ਵੀ ਹਵਾ ਦੇ ਵਿੱਚ ਉਡਾ ਲਵੇ, ਆਪਣਾ ਪਿੰਜਰਾ ਹਵਾ ਦੇ ਵਿੱਚ ਉਡਾ ਦੇਵੇ। ਇਸ ਲਈ ਸਿਪਾਹੀ ਤਾਂ ਖੜੇ ਕੀਤੇ ਨੇ ਵੀ ਜੇ ਕਿਤੇ ਰਿੱਧੀਆਂ ਸਿੱਧੀਆਂ ਦਾ ਇਸਤੇਮਾਲ ਕਰਕੇ ਪਿੰਜਰਾ ਉਡਾਉਣ ਲੱਗੇ, ਇਹਨਾਂ ਸਿਪਾਹੀਆਂ ਨੂੰ ਹੁਕਮ ਹੈ ਵੀ ਜਿਹੜੇ ਛੁਰੇ ਖੰਜਰ ਇਹਨਾਂ ਦੇ ਹੱਥਾਂ ਵਿੱਚ ਨੇ ਉਸੇ ਵੇਲੇ ਬਾਬਾ ਬੰਦਾ ਸਿੰਘ ਦੀਆਂ ਛਾਤੀਆਂ 'ਚ ਖੋਭ ਦਿੱਤੇ ਜਾਣ, ਇਹ ਜਿਉਂਦਾ ਨਾ ਰਹਿ ਸਕੇ। ਹਰੀ ਸਿੰਘ ਨੇ ਆਖਿਆ, ਨਹੀਂ ਨਹੀਂ ਮੈਂ ਇਹ ਨਹੀਂ ਪੁੱਛਿਆ ਸਿਪਾਹੀ ਕਿਉਂ ਖੜੇ ਕੀਤੇ ਨੇ, ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਸਿਪਾਹੀਆਂ ਦੇ ਲੱਕ ਨੂੰ ਪੇਟੀਆਂ ਮਾਰ ਕੇ ਸੰਗਲੀਆਂ ਬਾਬੇ ਬੰਦਾ ਸਿੰਘ ਦੇ ਪਿੰਜਰੇ ਨਾਲ ਬੰਨੀਆਂ ਨੇ, ਇਹ ਕਿਉਂ ਬਾਬਾ ਬੰਦਾ ਸਿੰਘ ਦੇ ਕੈਦ ਦੇ ਪਿੰਜਰੇ ਵਿੱਚ ਪਰ ਇਹਨਾਂ ਦੇ ਲੱਕ ਨੂੰ ਪੇਟੀਆਂ ਮਾਰ ਕੇ ਸੰਗਲੀਆਂ ਬਾਬੇ ਬੰਦਾ ਸਿੰਘ ਦੇ ਪਿੰਜਰੇ ਨਾਲ ਬੰਨੀਆਂ ਨੇ, ਏਦਾਂ ਕਿਉਂ? ਜਦੋਂ ਇਹ ਗੱਲ ਪੁੱਛੀ ਆਫਿਸਰ ਨੂੰ ਸ਼ਰਮ ਆ ਗਈ, ਉਹਨੇ ਆਖਿਆ, ਹਰੀ ਸੀ ਜੀ ਬਾਬਾ ਬੰਦਾ ਸਿੰਘ ਬਹੁਤ ਵੱਡਾ ਯੋਧਾ ਹੈ,
ਹਿੰਦੁਸਤਾਨ ਦੀ ਸਰਕਾਰ ਤਕੜਿਆ ਹੋ ਕੇ ਬਾਬੇ ਬੰਦਾ ਸਿੰਘ ਨੂੰ ਪਿੰਜਰੇ ਵਿੱਚ ਪਾ ਸਕੀ ਹੈ। ਸਾਡਾ ਕੋਈ ਵੀ ਸਿਪਾਹੀ ਡਰਦਾ ਮਾਰਾ ਬਾਬੇ ਬੰਦਾ ਸਿੰਘ ਦੇ ਕੋਲ ਪਹਿਰਾ ਦੇਣ ਨੂੰ ਤਿਆਰ ਨਹੀਂ ਸੀ। ਜਿਹਨੂੰ ਕੋਲ ਖੜੇ ਕਰਦਾ ਸੀ ਕਰੀਦਾ ਸੀ ਉਹ ਭੱਜਦਾ ਸੀ। ਬਾਬਾ ਬੰਦਾ ਸਿੰਘ ਦੇ ਚਿਹਰੇ ਤੋਂ ਇੰਨਾ ਇਹਨਾਂ ਨੂੰ ਡਰ ਲੱਗਦਾ, ਇਹ ਆਪ ਨਹੀਂ ਖੜੇ, ਹਰੀਸੀ ਜੀ ਇਹਨਾਂ ਨੂੰ ਬੰਨ ਕੇ ਖਿਲਾ ਰਿਹਾ ਗਿਆ। ਇਹਨਾਂ ਦੇ ਲੱਕ ਨੂੰ ਪੇਟੀਆਂ ਮਾਰ ਕੇ ਸੰਗਲੀਆਂ ਬਾਬੇ ਬੰਦਾ ਸਿੰਘ ਦੇ ਪਿੰਜਰੇ ਨਾਲ ਬੰਨੀਆਂ ਹੋਈਆਂ ਨੇ। ਭੱਜਦੇ ਸੀ, ਇਹ ਖੜਦੇ ਨਹੀਂ ਸਨ, ਇਸ ਲਈ ਇਹਨਾਂ ਨੂੰ ਬੰਨ ਕੇ ਖਿਲਾ ਰਿਹਾ ਗਿਆ। ਜਦੋਂ ਇੰਨੀ ਗੱਲ ਸੁਣੀ ਹਰੀਸੀ ਚੁੱਕਿਆ, ਉਹਨੇ ਖਾਕ ਚੁੱਕੀ, ਮੱਥੇ ਨੂੰ ਲਾਈ, ਆਖਿਆ ਵਾਹ ਉਹ ਮਰਦਾ, ਤੂੰ ਪਿੰਜਰੇ ਵਿੱਚ ਵੀ ਕੈਦ, ਤੇਰੇ ਅੰਮ੍ਰਿਤ ਬਾਣੀ ਔਰ ਬਾਣੀ ਦਾ ਪ੍ਰਤਾਪ ਇਹਨਾਂ, ਤੇਰੀ ਸੱਚਾਈ ਵਿੱਚ ਹਿੰਮਤ ਇੰਨੀ ਵੀ ਦੁਸ਼ਮਣ ਤੇਰੀ ਅੱਖ ਵਿੱਚ ਅੱਖ ਨਹੀਂ ਪਾ ਕੇ ਵੇਖ ਸਕਦਾ, ਤੇਰੇ ਕੋਲ ਪਹਿਰਾ ਦੇਣ ਨੂੰ ਤਿਆਰ ਨਹੀਂ। ਇਹ ਹੈ ਸੱਚਾਈ ਦਾ ਬੋਲਬਾਲਾ, ਇਹ ਹੈ ਸੱਚ ਦਾ ਬੋਲਬਾਲਾ, ਜਿਹਦੇ ਪੱਲੇ ਸੱਚ ਗਏ, ਦੁਸ਼ਮਣ ਉਹਦੇ ਲਾਗੇ ਖੜਨ ਨੂੰ ਤਿਆਰ ਨਹੀਂ। ਇੰਨੀ ਏਦਾਂ ਬਾਬਾ ਬੰਦਾ ਸਿੰਘ ਦਾ ਮਾਰ ਚੱਗੇ ਲੰਘ ਗਿਆ। ਦਿੱਲੀ ਦੇ ਵਿੱਚ ਉੱਚੀਆਂ ਮੰਜ਼ਲਾਂ ਵਾਲਾ ਕੁਤਬ ਮੀਨਾਰ ਗਏ, ਉਹਦੇ ਥੱਲੇ ਬਾਬੇ ਬੰਦਾ ਸਿੰਘ ਨੂੰ ਪਿੰਜਰੇ ਵਿੱਚੋਂ ਕੱਢ ਕੇ ਬਿਠਾ ਦਿੱਤਾ ਗਿਆ। ਹਿੰਦੁਸਤਾਨ ਦਾ ਬਾਦਸ਼ਾਹ ਆਇਆ, ਉਹਨੇ ਆਉਂਦਿਆਂ ਸਾਰੇ 34 ਜਿਹੜੇ ਜਰਨੈਲ ਨੇ ਉਹਨਾਂ ਨੂੰ ਪੁੱਛਿਆ ਇਸਲਾਮ ਜਾਂ ਮੌਤ। ਸਾਰਿਆਂ ਨੇ ਆਖਿਆ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਂਦਿਆਂ ਕੋਈ, ਐਸੀ ਮਰਨੀ ਜੋ ਮੇਰੇ ਬਹੁਰ ਨਾ ਮਰਨਾ ਹੋਏ, ਸ਼ਹੀਦ ਹੋਣਾ ਚਾਹੁੰਦੇ। ਇਤਿਹਾਸ ਕਹਿੰਦਾ ਤਲਵਾਰਾਂ ਚੱਲੀਆਂ, 34 ਦੇ ਸਿਰ ਕਲਮ ਕਰ ਦਿੱਤੇ ਗਏ, ਤਾੜੇ ਇੱਕ ਪਾਸੇ ਢੇਰੀ ਕਰ ਦਿੱਤੇ ਗਏ, ਤੇ ਸਤ ਸਿੰਘ ਦੇ ਸਿਰ ਵੱਢ ਕੇ ਨੇਜਿਆਂ ਉੱਤੇ ਟੰਗ ਕੇ 34 ਨੇਜੇ ਬਾਬਾ ਬੰਦਾ ਸਿੰਘ ਦੇ ਚਾਰ ਚਪੇਰੇ ਗੜ ਦਿੱਤੇ ਗਏ, ਤਾਂ ਜੋ ਬਾਬਾ ਬੰਦਾ ਸਿੰਘ ਜਿੱਧਰ ਵੀ ਵੇਖੇ ਸਵਾਏ ਮੌਤ ਤੋਂ ਹੋਰ ਕੁਝ ਵੀ ਨਜ਼ਰ ਨਾ ਆਵੇ। ਅੱਜ ਦੇ ਸਮੇਂ ਵਿੱਚ ਇੰਟਰਨੈਟ ਤੇ ਕੋਈ ਵੀਡੀਓ ਆਵੇ ਵੀ ਕਿਸੇ ਦੀ ਗਰਦਨ ਤੇ ਤਲਵਾਰ ਮਾਰ ਕੇ ਕੋਈ ਸਿਰ ਲਾ ਦਿੰਦਾ, ਸਿਰੋਂ ਜਾ ਪੈਂਦਾ, ਤਾੜੇ ਇੱਕ ਪਾਸੇ ਡਿੱਗ ਪੈਂਦਾ, ਥੋੜੇ ਦਿਲ ਵਾਲਾ ਬੰਦਾ ਉਹ ਵੀਡੀਓ ਅੱਗੇ ਕਰ ਦਿੰਦਾ ਵੀ ਇਹ ਨਹੀਂ ਵੇਖੀ ਜਾਣੀ, ਇੰਨੇ ਜਾਣਮ ਬੰਦੇ ਨੇ ਇੱਦਾਂ ਬੰਦੇ ਨੂੰ ਕਤਲ ਕਰਦੇ ਨੇ। ਤੇ ਚੇਤੇ ਕਰੋ ਤੁਹਾਡੇ ਵੱਡ ਵਡੇਰੇ ਸਿੱਖ ਜਰਨੈਲ 34 ਦੇ ਸਿਰ ਵੱਢ ਕੇ ਉਹਨਾਂ ਦੇ ਤਾੜੇ ਇੱਕ ਪਾਸੇ ਢੇਰੀ ਕਰ ਦਿੱਤੇ ਗਏ, ਸਿਰ ਉਹਨਾਂ ਦੇ ਨੇਜਿਆਂ ਤੇ ਟੰਗ ਦਿੱਤੇ ਗਏ, ਕਿਹੋ ਜਿਹਾ ਮਾਹੌਲ ਹੋਏਗਾ, ਉਹਨਾਂ ਦੇ ਤਾੜੇ ਪ੍ਰਕਾਸ਼ ਨੇ ਤੇ 34 ਸਿਰ ਨੇਜਿਆਂ ਤੇ ਟੰਗੇ, ਬਾਬਾ ਬੰਦਾ ਸਿੰਘ ਦੇ ਚਾਰ ਚਪੇਰੇ ਕੱਢੇ ਗਏ, 34 ਸਾਥੀ ਸ਼ਹੀਦ ਹੋ ਗਏ। ਬਾਦਸ਼ਾਹ ਨੇ ਆਖੋ ਬੰਦਾ ਸਿੰਘਾ ਸਿੱਖੀ ਛੱਡ, ਇਸਲਾਮ ਪ੍ਰਵਾਨ ਕਰ, ਹਿੰਦੁਸਤਾਨ ਵਿੱਚ ਮੇਰੀਆਂ ਜਿੰਨੀਆਂ ਫੌਜਾਂ ਨੇ ਉਹਨਾਂ ਦਾ ਕਮਾਂਡਰ ਇਨ ਚੀਫ ਭਾਵ ਮੁਖੀ ਮੈਂ ਤੈਨੂੰ ਬਣਾ ਦਿਆਂਗਾ। ਬਾਦਸ਼ਾਹ ਤੋਂ ਦੂਜੇ ਨੰਬਰ ਦਾ ਅਹੁਦਾ ਹੈ ਫੌਜ ਦਾ ਮੁਖੀ ਹੋਣਾ, ਹਿੰਦੁਸਤਾਨ ਵਿੱਚ ਮੇਰੀ ਜਿੰਨੀ ਫੌਜ ਹੈ। ਅੱਜ ਤੇ ਹਿੰਦੁਸਤਾਨ ਫਿਰ ਵੀ ਬੜਾ ਅਹੁਦਾ ਰਕਬਾ ਘਟਿਆ, ਪਰ ਉਹਨਾਂ ਸਮਿਆਂ ਦੇ ਵਿੱਚ ਤੇ ਸਤ ਸਿੰਘ ਨੇਪਾਲ ਵਰਗੇ ਦੇਸ਼, ਬੰਗਲਾਦੇਸ਼ ਵਰਗੇ ਦੇਸ਼, ਉਸ ਵੇਲੇ ਪਾਕਿਸਤਾਨ ਵਰਗੇ ਦੇਸ਼, ਕਿੰਨੇ ਦੇਸ਼ ਨੇ ਜਿਹੜੇ ਉਹ ਸਾਰੇ ਭਾਰਤ ਵਿੱਚ ਆਉਂਦੇ ਸਨ, ਹਿੰਦੁਸਤਾਨ ਵਿੱਚ ਆਉਂਦੇ ਸਨ। ਕਿੰਨੀ ਵੱਡੀ ਸਲਤਨਤ ਦੀ ਫੌਜ ਦਾ ਮਾਲਕ ਬਣਾਉਣ ਦਾ ਬਾਬੇ ਬੰਦਾ ਸਿੰਘ ਨੂੰ ਲਾਲਚ ਦਿੱਤਾ ਗਿਆ ਕਿ ਮੁਖੀ ਤੈਨੂੰ ਬਣਾ ਦਿਆਂਗੇ, ਸਿੱਖੀ ਛੱਡ, ਜੇ ਇਸਲਾਮ ਨਾ ਪ੍ਰਵਾਨ ਕਰੇ ਬੰਦਾ ਸਿੰਘਾ ਇਹੋ ਜਿਹੀ ਮੌਤ ਦਿਆਂਗਾ, ਮੌਤ ਨੂੰ ਤ੍ਰੇੜੀਆਂ ਆ ਜਾਣਗੀਆਂ ਤੇਰੀ ਮੌਤ ਵੇਖ ਕੇ, ਏਦਾਂ ਦਾ ਹਸ਼ਰ ਕਰਾਂਗਾ। ਬੰਦਾ ਸਿੰਘ ਨੂੰ ਜੋਸ਼ ਵਿੱਚ ਆ ਕੇ ਬਾਦਸ਼ਾਹ ਨੇ ਕਿਹਾ ਕਿੱਥੇ ਤੇਰੇ ਸੂਰਮੇ, ਉਹ ਯੋਧੇ ਜੰਗੀ ਲੜਨ ਜੋ ਮਲਕਲ ਮੌਤ ਨਾਲ ਕਰ ਛਾਤੀ ਨੰਗੀ, ਜਿਨ੍ਹਾਂ ਅੰਦਰ ਲਹੂ ਦੇ ਸੀ ਧਰਤੀ ਰੰਗੀ, ਭੇਟਾ ਹੋ ਗਏ ਤੇਗ ਦੀ ਸਭ ਵੀਰ ਪਚੰਗੀ, ਕੌਣ ਸ਼ਰਾਦੂ ਆਣ ਕੇ ਕੋਈ ਰੇਖਾ ਦੱਸਣਗੀ, ਹੁਣ ਇਸਲਾਮ ਕਬੂਲ ਲੈ ਗੱਲ ਏਖਾ ਚੰਗੀ, ਦਿਆਂ ਜਗੀਰਾਂ ਖੁੱਲੀਆਂ ਦੌਲਤ ਮੂੰਹ ਮੰਗੀ, ਮੌਜਾਂ ਲੈ ਮਨ ਪਾਉਂਦੀਆਂ ਕਿਉਂ ਸਜਣੇ ਤੰਗੀ। ਬੰਦਾ ਸਿੰਘਾ ਕੀ ਲੈਣਾ ਸਿੱਖੀ ਤੋਂ, ਅੱਜ ਸਾਨੂੰ ਵੀ ਤੇ ਅੱਜ ਵੀ ਤੇ ਸਾਡਾ ਇਹੋ ਅਸ਼ਰ ਹੈ, ਸਾਨੂੰ ਕੰਮ ਨਾਲ ਮਤਲਬ ਗਏ, ਸਾਨੂੰ ਦੇਸ਼ ਨਾਲ ਮਤਲਬ ਗਏ, ਸਾਨੂੰ ਵੀਜ਼ੇ ਨਾਲ ਮਤਲਬ ਗਏ, ਬਾਹਰ ਜਾ ਕੇ ਜੀ ਸਿੱਖੀ ਤੋਂ ਕੀ ਲੈਣਾ, ਕੇਸਾਂ ਤੋਂ ਕੀ ਲੈਣਾ, ਕੰਮ ਨਾਲ ਮਤਲਬ ਹੋਣਾ ਚਾਹੀਦਾ ਬੰਦੇ ਨੂੰ, ਸਿੱਖੀ ਅੰਦਰ ਚਾਹੀਦੀ ਹੈ, ਕੇਸਾਂ ਤੋਂ ਕਿਤੇ ਬਹੁਤੀ ਸਿੱਖੀ ਹੋ ਜਾਂਦੀ ਹੈ, ਅੱਜ ਸਾਡਾ ਵੀ ਫੈਸਲ ਹੋ ਗਈ ਹੈ। ਪਰ ਬਾਦਸ਼ਾਹ ਨੇ ਆਖਿਆ ਕੀ ਲੈਣਾ ਸਿੱਖੀ ਤੋਂ, ਫੌਜਾਂ ਦਾ ਮੁਖੀ ਮੈਂ ਤੈਨੂੰ ਬਣਾ ਦਿੰਦਾ ਹਾਂ। ਪਰ ਕਮਾਲ ਉਸ ਸੂਰਬੀਰ ਬਹਾਦਰ ਦੇ ਸਮਝੌਤਾ ਨਹੀਂ ਕੀਤਾ, ਬਾਦਸ਼ਾਹ ਦੀ ਅੱਖ ਵਿੱਚ ਅੱਖ ਪਾ ਕੇ ਆਖਿਆ, ਬੰਦਾ ਸਿੰਘ ਨੇ ਗੱਜ ਕੇ ਕਿਹਾ ਅੱਗੋਂ ਮੇਰੀ ਗੱਲ ਸੁਣੀ ਲਾ ਧਿਆਨ ਸ਼ਾਹ,
ਸਮਝਣ ਜਾਨ ਇਮਾਨ ਤੋਂ ਕੀਮਤੀ ਜੋ ਹੁੰਦੇ ਹੋਰ ਹੀ ਉਹ ਇਨਸਾਨ ਸ਼ਾਹ ਮਰਦ ਮਰਨ ਪਰ ਸਿਰੜ ਨਾ ਛੱਡਦੇ ਨੇ ਆਪਣੀ ਅਣਖ ਤੋਂ ਹੋਣ ਕੁਰਬਾਨ ਸ਼ਾਹ ਕਦੋਂ ਭੀਖ ਜਗੀਰਾਂ ਦੀ ਮੰਗਦੇ ਨੇ ਜਿਹੜੇ ਮੁਲਕ ਦੇ ਆਪ ਸੁਲਤਾਨ ਸ਼ਾਹ ਸਾਡਾ ਮੁਲਕ ਦੇ ਬਾਦਸ਼ਾਹ ਅਸੀਂ ਇਹਦੇ ਤੇਰਾ ਕੀ ਜੋ ਦੇਵੇਗਾ ਦਾਨ ਸ਼ਾਹ ਫੜਿਆ ਤੇਰੇ ਸਿਪਾਹੀਆਂ ਨੇ ਨਾਲ ਧੋਖੇ ਝੂਠੀ ਖਾਏ ਕੇ ਕਸਮ ਕੁਰਾਨ ਸ਼ਾਹ ਹੋਇਆ ਕੀ ਜੇ ਜੰਗ ਚੋਂ ਹਾਰ ਗਿਆ ਐ ਪਰ ਮੋਈ ਨੀ ਦਿਲੋਂ ਸਿੱਖੀ ਆਨ ਸ਼ਾਹ ਅੰਦਰੋਂ ਨੀ ਅਜੇ ਸਿੱਖੀ ਦੀਆਂ ਕਦਰਾਂ ਕੀਮਤਾਂ ਖਤਮ ਹੋਈਆਂ ਸਿੱਖੀ ਜਿਉਂਦੀ ਹੈ ਜੰਗ ਚੋਂ ਹਾਰੇ ਆ ਫਿਰ ਕੀ ਹੋਇਆ ਸਿੱਖੀ ਤੇ ਮੈਂ ਪਰਪੱਕ ਹਾਂ ਬਾਦਸ਼ਾਹ ਨੇ ਆਖਿਆ ਮੈਂ ਤੈਨੂੰ ਇਹੋ ਜਿਹਾ ਪਰਚਾ ਪਾਵਾਂਗਾ ਤੈਨੂੰ ਡੋਲਣਾ ਪਵੇਗਾ ਪਰਚਾ ਕੀ ਪਾਇਆ ਗਿਆ ਬਾਬਾ ਬੰਦਾ ਸਿੰਘ ਦਾ ਪੁੱਤਰ ਵੀ ਨਾਲ ਫੜਿਆ ਗਿਆ ਸੀ ਬਾਦਸ਼ਾਹ ਨੇ ਕਿਹਾ ਲਿਆਓ ਚੁੱਕ ਕੇ ਬੰਦਾ ਸਿੰਘ ਦਾ ਪੁੱਤਰ ਵੇਖੀਏ ਦੀ ਸਿੱਖੀ ਕਿੱਥੇ ਖੜਾ ਬਾਬੇ ਬੰਦਾ ਸਿੰਘ ਦਾ ਪੁੱਤਰ ਲਿਆਂਦਾ ਗਿਆ ਜਦੋਂ ਕੈਦ ਹੋਏ ਸੀ ਉਦੋਂ ਪੌਣੇ ਚਾਰ ਸਾਲ ਦਾ ਪੁੱਤ ਸੀ ਤਿੰਨ ਮਹੀਨੇ ਉਹਨੂੰ ਕੈਦ ਵਿੱਚ ਲੰਘ ਗਏ ਨੇ ਹੁਣ ਪੂਰੇ ਚਾਰ ਸਾਲ ਤੱਕ ਹੈ ਵਜ਼ੀਰ ਚੁੱਕ ਕੇ ਲਿਆਇਆ ਬਾਬੇ ਬੰਦਾ ਸਿੰਘ ਦੇ ਕੋਲ ਆ ਕੇ ਵਜ਼ੀਰ ਨੇ ਪੁੱਛੜੋਂ ਉਤਾਰਿਆ ਅਜੈ ਸਿੰਘ ਨੂੰ ਅਜੈ ਸਿੰਘ ਚਾਰ ਸਾਲ ਦੀ ਉਮਰ ਹੈ ਨਿੱਕੇ ਨਿੱਕੇ ਪੈਰਾਂ ਨਾਲ ਦੌੜਦਾ ਹੋਇਆ ਬਾਬੇ ਬੰਦਾ ਸਿੰਘ ਦੀ ਗੋਦ ਵਿੱਚ ਜਾ ਬੈਠਾ ਤਿੰਨਾਂ ਮਹੀਨਿਆਂ ਬਾਅਦ ਆਪਣੇ ਪਿਓ ਨੂੰ ਮਿਲਿਆ ਮਮਤਾ ਜਾਗੀ ਪੁੱਤਰ ਭੱਜਦਾ ਹੋਇਆ ਆਪਣੇ ਪਿਓ ਦੀ ਗੋਦ ਵਿੱਚ ਜਾ ਬੈਠਾ ਉਹਨੇ ਜਾਂਦਿਆਂ ਸਾਰ ਬਾਹਾਂ ਦਾ ਹਾਰ ਆਪਣੇ ਪਿਓ ਦੇ ਗਲ ਨੂੰ ਪਾਇਆ ਛਾਤੀ ਨਾਲ ਚੁੰਬੜ ਗਿਆ ਬਾਬਾ ਬੰਦਾ ਸਿੰਘ ਨੇ ਵੀ ਪਿਆਰ ਵੀ ਚਾ ਕੇ ਆਪਣੇ ਪੁੱਤ ਨੂੰ ਘੁੱਟ ਕੇ ਛਾਤੀ ਨਾਲ ਆਇਆ ਉਹਦੇ ਕੱਕਿਆਂ ਕੱਕਿਆਂ ਕੇਸਾਂ ਤੇ ਹੱਥ ਫੇਰ ਕੇ ਆਖਿਆ ਅਜੈ ਸਿੰਘਾ ਮੈਂ ਅਰਦਾਸ ਕਰਦਾ ਹਾਂ ਗੁਰੂ ਗੋਬਿੰਦ ਸਿੰਘ ਤੇਰੀ ਸਿੱਖੀ ਕੇਸਾਂ ਤੇ ਸਵਾਸਾ ਸੰਗ ਦੇ ਮੌਣ ਜਦੋਂ ਇਹ ਅਰਦਾਸ ਕੀਤੀ ਸਾਧ ਸੰਗਤ ਵਜ਼ੀਰ ਕ੍ਰੋਧ ਵਿੱਚ ਆਇਆ ਉਹ ਬੰਦਾ ਸਿੰਘ ਆ ਤੇਰੇ ਪੁੱਤ ਦੀ ਸਿੱਖੀ ਬਾਜਾਂ ਵਾਲੇ ਦੇ ਨਹੀਂ ਸਾਡੇ ਹੱਥ ਵਿੱਚ ਬੰਦਾ ਸਿੰਘ ਨੇ ਆਖਿਆ ਫਿਰ ਹੁਣੇ ਪਤਾ ਲੱਗ ਜਾਏ ਅਜੈ ਸਿੰਘ ਬਾਬੇ ਬੰਦਾ ਸਿੰਘ ਦੀ ਗੋਦ ਵਿੱਚ ਲਟਾ ਦਿੱਤਾ ਗਿਆ ਜਲਾਦ ਨੇ ਖੰਜਰ ਸਾਹਮਣੇ ਕੀਤਾ ਬਾਦਸ਼ਾਹ ਨੇ ਕਿਹਾ ਉਹ ਜਲਾਦਾ ਉਹ ਬੰਦਾ ਸਿੰਘਾ ਤੇਰਾ ਗੁਰੂ ਤੈਨੂੰ ਬਹਾਦਰ ਕਹਿੰਦਾ ਮੈਂ ਤੈਨੂੰ ਬਹਾਦਰ ਤਾਂ ਸਮਝਾਂਗਾ ਜੇਕਰ ਆਹ ਛੁਰਾ ਆਪਣੇ ਹੱਥਾਂ ਨਾਲ ਆਪਣੇ ਪੁੱਤ ਦੀ ਛਾਤੀ ਵਿੱਚ ਮਾਰੇ ਵਾਹਿਗੁਰੂ ਨਾ ਕਰੇ ਦੁਨੀਆਂ ਦੇ ਕਿਸੇ ਬਾਪ ਤੇ ਇੱਦਾਂ ਦਾ ਸਮਾਂ ਆਵੇ ਪਰ ਜਿਨ੍ਹਾਂ ਨੇ ਸਿੱਖੀ ਵਿੱਚ ਪੈਰ ਪਾਇਆ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਜਿਨ੍ਹਾਂ ਨੇ ਕਮਾਇਆ ਸਿੱਖੀ ਨੂੰ ਉਹਨਾਂ ਤੇ ਕੀ ਪ੍ਰੀਖਿਆ ਪਈ ਬਾਬੇ ਬੰਦਾ ਸਿੰਘ ਸਾਹਮਣੇ ਪੁੱਤਰ ਕਤਲ ਕਰਨ ਦੀ ਗੱਲ ਕਹੀ ਗਈ ਬਾਬਾ ਬੰਦਾ ਸਿੰਘ ਨੇ ਮੁਸਕਰਾ ਕੇ ਆਖਿਆ ਉਹ ਬਾਦਸ਼ਾਹ ਇਹ ਤੇ ਮੇਰਾ ਪੁੱਤਰ ਹੈ ਇਹਨੂੰ ਪਾਸੇ ਕਾੜੇ ਦੀ ਥਾਂ ਤੇ ਆਪਣਾ ਪੁੱਤ ਲਿਆ ਕੇ ਪਾ ਉਹਦੀ ਛਾਤੀ ਵਿੱਚ ਛੁਰਾ ਮਾਰਨ ਦੀ ਗੱਲ ਕਹੀ ਇਹ ਤੇ ਮੇਰਾ ਪੁੱਤਰ ਹੈ ਮੇਰੀ ਗੋਦ ਵਿੱਚ ਜੇ ਦੁਸ਼ਮਣ ਦਾ ਵੀ ਪੁੱਤਰ ਹੋਵੇ ਮੈਂ ਉਹਦੀ ਵੀ ਛਾਤੀ ਵਿੱਚ ਛੁਰਾ ਨਹੀਂ ਮਾਰਾਂਗਾ ਕਿਉਂ ਮੇਰੇ ਗੁਰੂ ਦਾ ਹੁਕਮ ਹੈ ਬੇਗੁਨਾਹ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਨਿਰਦੋਸ਼ ਤੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਨਿਹੱਥੇ ਤੇ ਵਾਰ ਨਹੀਂ ਕਰਨਾ ਬਿਮਾਰ ਤੇ ਵਾਰ ਨਹੀਂ ਕਰਨਾ ਸ਼ਰਨ ਪਏ ਤੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਇਹ ਸੱਤ ਹੁਕਮ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੱਤ ਹੁਕਮ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਰਾਜ ਨੇ ਕਿਹਾ ਬਾਬੇ ਬੰਦਾ ਸਿੰਘ ਨੇ ਆਖਿਆ ਜੇ ਮੇਰੇ ਗੁਰੂ ਨੇ ਨਾ ਰੋਕਿਆ ਹੁੰਦਾ ਮੈਂ ਆਪਣੇ ਪੁੱਤ ਦੀ ਛਾਤੀ ਵਿੱਚ ਵੀ ਛੁਰਾ ਮਾਰਨ ਤੋਂ ਗੁਰੇਜ਼ ਨਾ ਕਰਦਾ ਪਰ ਮੇਰੇ ਗੁਰੂ ਦਾ ਹੁਕਮ ਹੈ ਬੱਚੇ ਤੇ ਵਾਰ ਨਹੀਂ ਕਰਨਾ ਜਲਾਦ ਨੇ ਆਖਿਆ ਠੀਕ ਹੈ ਜੇ ਇਹ ਕੰਮ ਤੂੰ ਨਹੀਂ ਕਰ ਸਕਦਾ ਬਾਦਸ਼ਾਹ ਨੇ ਆਖਿਆ ਇਹ ਕੰਮ ਮੇਰਾ ਜਲਾਦ ਕਰੇਗਾ ਫਿਰ ਅਜੈ ਸਿੰਘ ਨੂੰ ਕੇਸਾਂ ਤੋਂ ਪਕੜਿਆ ਗਿਆ ਜੂੜੇ ਤੋਂ ਪਕੜਿਆ ਗਿਆ ਖੱਬੇ ਹੱਥ ਦੇ ਨਾਲ ਅਸਮਾਨ ਵੀ ਟੁੱਟਾ ਚੁੱਕਿਆ ਗਿਆ ਸੱਜੇ ਹੱਥ ਵਿੱਚ ਛੁਰਾ ਲੈ ਕੇ ਉਹਦੀ ਸਾਰ ਰੰਗ ਨੂੰ ਸਿੱਧਾ ਕੀਤਾ ਛੁਰਾ ਜਲਾਦ ਨੇ ਤੇ ਬਾਦਸ਼ਾਹ ਨੇ ਆਖਿਆ ਬੰਦਾ ਸਿੰਘਾ ਸਿੱਖੀ ਚਾਹੀਦੀ ਹੈ ਕਿ ਪੁੱਤ ਚਾਹੀਦਾ ਆਹ ਸਵਾਲ ਆਪਣੇ ਸਾਹਮਣੇ ਰੱਖ ਕੇ ਵੇਖ ਲਈਏ ਸੱਚਮੁੱਚ ਸਾਡੇ ਵਿੱਚੋਂ ਸਾਰਿਆਂ ਨੇ ਕਹਿਣਾ ਸੀ ਸਿੱਖੀ ਤੋਂ ਕੀ ਲੈਣਾ ਪੁੱਤ ਚਾਹੀਦਾ ਸਿੱਖੀ ਤੋਂ ਕੀ ਲੈਣਾ ਪੁੱਤ ਚਾਹੀਦਾ ਪਰ ਬਾਬੇ ਬੰਦਾ ਸਿੰਘ ਤੋਂ ਬਲਹਾਰ ਉਹਦੇ ਸਾਹਮਣੇ ਉਹਨੂੰ ਪਤਾ ਹੈ ਵੀ ਮੇਰੀ ਹਾਂ ਜਾਂ ਨਾ ਮੇਰੀ ਪੁੱਤ ਦੀ ਜ਼ਿੰਦਗੀ ਮੌਤ ਹੈ ਪਰ ਉਸ ਮਰਦ ਨੇ ਆਖਿਆ ਮੇਰੇ ਗੁਰੂ ਨੇ ਸਿੱਖੀ ਤੋਂ ਚਾਰ ਵਾਰੇ ਨੇ ਉਹਨਾਂ ਚੌਹਾਂ ਵਿੱਚੋਂ ਸਭ ਤੋਂ ਛੋਟਾ ਸੀ ਫਤਿਹ ਸਿੰਘ ਬਾਬਾ ਫਤਿਹ ਸਿੰਘ 5 ਸਾਲ ਦਾ ਸੀ ਮੇਰਾ ਪੁੱਤ 4 ਸਾਲ ਦਾ ਹੈ ਮੈਂ ਬਾਬਾ ਫਤਿਹ ਸਿੰਘ ਦੇ ਚਰਨਾਂ ਤੋਂ ਆਪਣਾ 4 ਸਾਲ ਦਾ ਪੁੱਤ ਅਜੈ ਸਿੰਘ ਕੁਰਬਾਨ ਕਰਦਾ ਹਾਂ ਗੁਰੂ ਦੀ ਸਿੱਖੀ ਤੋਂ ਪੁੱਤ ਕੁਰਬਾਨ
ਜਦੋਂ ਇੰਨੀ ਗੱਲ ਕਹੀ ਜਲਾਦ ਨੇ ਜੂੜਾ ਘੁੱਟ ਕੇ ਪਕੜਿਆ, ਉਧਰ ਸ਼ੁਰਾ ਘੁੱਟ ਕੇ ਪਕੜਿਆ ਤੇ ਕੱਸ ਕੇ ਸ਼ੁਰਾ ਅਜੈ ਸਿੰਘ ਦੀ ਸਾਹ ਰੱਗ ਵਿੱਚ ਮਾਰਿਆ, ਸਾਹ ਰੱਗ ਤੋਂ ਸ਼ੁਰਾ ਪਾਰ ਹੋ ਗਿਆ। ਅਜੈ ਸਿੰਘ ਦੀ ਆਖਰੀ ਚੀਖ ਬਾਬੇ ਬੰਦਾ ਸਿੰਘ ਦੇ ਕੰਨ ਵਿੱਚ ਪਈ। ਉਹਦਾ ਸਰੀਰ ਅਜੈ ਸਿੰਘ ਦਾ ਸਰੀਰ ਤੜਫਦਾ ਰਿਹਾ, ਹਰਕਤ ਵਿੱਚ ਰਿਹਾ। ਇਤਿਹਾਸ ਕਹਿੰਦਾ ਕਈ ਮਿੰਟ ਅਜੈ ਸਿੰਘ ਦਾ ਸਰੀਰ ਤੜਫਦਾ ਰਿਹਾ। ਜਲਾਦ ਨੂੰ ਫਿਰ ਤਰਸਨ ਆਇਆ, ਉਹਨੇ ਜੂੜਾ ਘੁੱਟ ਕੇ ਪਕੜੀ ਰੱਖਿਆ ਤੇ ਸ਼ੁਰਾ ਫਿਰ ਹੇਠਾਂ ਨੂੰ ਲਿਆਂਦਾ। ਇਤਿਹਾਸ ਕਹਿੰਦਾ ਚੀਰ ਦਿੱਤਾ ਅਜੈ ਸਿੰਘ ਦਾ ਪੇਟ, ਉਹਦਾ ਸਰੀਰ ਚੀਰ ਦਿੱਤਾ। ਬਾਬੇ ਬੰਦਾ ਸਿੰਘ ਦੇ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋ ਗਏ। ਕੁਝ ਮਿੰਟਾਂ ਦੇ ਬਾਅਦ ਅਜੈ ਸਿੰਘ ਦਾ ਸਰੀਰ ਹਿਲਣੋਂ ਬੰਦ ਹੋ ਗਿਆ, ਸਰੀਰ ਸ਼ਾਂਤ ਹੋ ਗਿਆ। ਪਰ ਬਾਬਾ ਬੰਦਾ ਸਿੰਘ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਆਪਣੀ ਰਸਨਾ ਤੋਂ ਕਰ ਰਿਹਾ। ਅਜੈ ਸਿੰਘ ਦਾ ਸਰੀਰ ਸਾਹਮਣੇ ਲਟਾ ਦਿੱਤਾ ਗਿਆ। ਜਲਾਦ ਨੇ ਸ਼ੁਰਾ ਪਾਸੇ ਰੱਖਿਆ, ਪੇਟ ਪਾ ਲਿਆ, ਵਿੱਚੋਂ ਦਿਲ ਕੱਢਿਆ। ਦਿਲ ਕੱਢਿਆ ਅਜੈ ਸਿੰਘ ਦਾ, ਉਹਦੇ ਉੱਤੇ ਤੇਜ਼ ਹਥਿਆਰ ਨਾਲ ਵਾਰ ਕੀਤਾ। ਦਿਲ ਦਾ ਇੱਕ ਟੁਕੜਾ ਆਪਣੇ ਹੱਥ ਵਿੱਚ ਲੈ ਕੇ ਜਲਾਦ ਨੇ ਆਖਿਆ ਬੰਦਾ ਸਿੰਘਾ ਮੂੰਹ ਖੋਲ। ਬਾਬੇ ਬੰਦਾ ਸਿੰਘ ਨੇ ਮੂੰਹ ਖੋਲਿਆ। 4 ਸਾਲ ਦੇ ਪੁੱਤ ਅਜੈ ਸਿੰਘ ਦਾ ਦਿਲ ਬਾਬੇ ਬੰਦਾ ਸਿੰਘ ਦੇ ਮੂੰਹ ਵਿੱਚ ਧੱਕ ਕੇ ਪਾ ਦਿੱਤਾ ਗਿਆ। ਬੰਦਾ ਸਿੰਘਾ ਆਹ ਦੱਸ ਕੀ? ਜਦੋਂ ਬਾਬੇ ਬੰਦਾ ਸਿੰਘ ਨੂੰ ਸਵਾਲ ਕੀਤਾ, ਮਰਦ ਨੇ ਆਖਿਆ ਉਹ ਜਲਾਦਾ ਅਣਖ ਦੇ ਮੈਦਾਨ ਵਿੱਚ ਦੋ ਬਾਦਸ਼ਾਹ ਲੜੇ, ਇੱਕ ਪਾਸੇ ਦੁਨਿਆਵੀ ਬਾਦਸ਼ਾਹ ਤੇ ਇੱਕ ਪਾਸੇ ਗੁਰੂ ਕਾ। ਗੁਰੂ ਕਾ ਬਾਦਸ਼ਾਹ ਜਿੱਤ ਗਿਆ, ਦੁਨਿਆਵੀ ਬਾਦਸ਼ਾਹ ਹਾਰ ਗਿਆ। ਹਾਰਿਆ ਹੋਇਆ ਬਾਦਸ਼ਾਹ ਜਿੱਤੇ ਹੋਏ ਬਾਦਸ਼ਾਹ ਦਾ ਮੂੰਹ ਮਿੱਠਾ ਕਰਵਾ ਰਿਹਾ। ਇਹ ਵੱਡੇ ਸੌਦੇ ਨੇ, ਇੱਥੇ ਮਠਿਆਈ ਨਹੀਂ, ਮਠਿਆਈ ਦੀ ਥਾਂ ਤੇ ਪੁੱਤਾਂ ਦੇ ਦਿਲ ਵਰਤੇ ਜਾਂਦੇ ਨੇ। ਕੰਮ ਵੱਡੇ ਨੇ, ਕੰਮ ਵੱਡੇ ਨੇ, ਅਣਖ ਦੀ ਲੜਾਈ ਹੈ, ਇੱਥੇ ਫਿਰ ਮਠਿਆਈ ਦੀ ਦਿਲ ਵਰਤੇ ਜਾਂਦੇ ਨੇ ਪੁੱਤਾਂ ਦੇ। ਬਾਦਸ਼ਾਹ ਕ੍ਰੋਧ ਵਿੱਚ ਆਇਆ, ਜਲਾਦ ਕ੍ਰੋਧ ਵਿੱਚ ਆਇਆ। ਉਹਨੇ ਪੇਟ ਦੇ ਵਿੱਚੋਂ ਆਂਦਰਾਂ ਧੂਹ ਕੇ ਕੱਢ ਲਈਆਂ, ਨਾੜੀਆਂ ਸਾਰੀਆਂ ਧੂਹ ਕੇ ਕੱਢ ਲਈਆਂ, ਬੰਦਾ ਸਿੰਘ ਦੇ ਗਲ ਵਿੱਚ ਪਾ ਦਿੱਤੀਆਂ। ਬੰਦਾ ਸਿੰਘਾ ਕੀ? ਧਰਮੀ ਪਰਵਾਨੇ ਨੇ ਆਖਿਆ ਇਹ ਹਾਰ ਗਏ ਹਾਰ, ਤੇ ਜਲਾਦਾ ਹਾਰ ਕਦੇ ਹਾਰਿਆ ਹੋਇਆਂ ਦੇ ਗਲਾਂ ਵਿੱਚ ਨਹੀਂ, ਹਾਰ ਸਦਾ ਜਿੱਤਿਆ ਹੋਇਆਂ ਦੇ ਗਲਾਂ ਵਿੱਚ ਪੈਂਦੇ ਨੇ। ਹਾਰਿਆ ਹੋਇਆ ਬਾਦਸ਼ਾਹ ਜਿੱਤੇ ਹੋਏ ਬਾਦਸ਼ਾਹ ਦੇ ਗਲ ਵਿੱਚ ਹਾਰ ਪਾ ਕੇ ਆਪਣੇ ਆਪ ਨੂੰ ਹਾਰਿਆ ਹੋਇਆ ਤੇ ਮੈਨੂੰ ਜਿੱਤਿਆ ਹੋਇਆ ਸਵੀਕਾਰ ਕਰਦਾ, ਮੈਂ ਜਿੱਤ ਗਿਆ ਹਾਂ, ਮੇਰੇ ਗਲ ਵਿੱਚ ਹਾਰ ਪੈ ਗਿਆ। ਜਲਾਦ ਕ੍ਰੋਧ ਵਿੱਚ ਆਇਆ, ਉਹਨੇ ਪੇਟ ਦੇ ਵਿੱਚੋਂ ਖੂਨ ਦਾ ਬੁੱਕ ਭਰਿਆ, ਬਾਬੇ ਬੰਦਾ ਸਿੰਘ ਦੇ ਮੂੰਹ ਤੇ ਮਾਰਿਆ। ਬੰਦਾ ਸਿੰਘ ਆ ਕੀ? ਬਾਬਾ ਬੰਦਾ ਸਿੰਘ ਨੇ ਆਖਿਆ ਬੰਦਾ ਸਿੰਘ ਲਾੜੀ ਮੌਤ ਵਿਆਹੁਣ ਚੱਲਿਆ, ਅਗਲੇ ਪਰਿਵਾਰ ਵੱਲੋਂ ਉਹਦੇ ਤੇ ਕੇਸਰੀ ਛਿੜਕਿਆ ਜਾ ਰਿਹਾ। ਨਾਲ ਹੀ ਆਪਣਾ ਹੱਥ ਆਪਣੇ ਮੁੱਖ ਤੇ ਫੇਰਿਆ, ਪੁੱਤ ਦੇ ਰੱਤ ਦੇ ਛੱਟੇ ਬਾਬੇ ਬੰਦਾ ਸਿੰਘ ਦੇ ਹੱਥ ਤੇ ਲੱਗੇ। ਬਾਬਾ ਬੰਦਾ ਸਿੰਘ ਨੇ ਆਖਿਆ ਸ਼ਹੀਦ ਦੇ ਹੱਥ ਤੇ ਪੁੱਤ ਦੇ ਖੂਨ ਦੀ ਮਹਿੰਦੀ ਵੀ ਲੱਗ ਗਈ। ਅਜੈ ਸਿੰਘ ਦਾ ਟੋਟਾ ਟੋਟਾ ਕਰਕੇ ਬੰਦਾ ਸਿੰਘ ਦੇ ਗਲ ਵਿੱਚ ਪਾਇਆ ਗਿਆ। ਸਾਥੀ ਸ਼ਹੀਦ ਹੋ ਗਏ, ਪੁੱਤ ਸ਼ਹੀਦ ਹੋ ਗਿਆ। ਬਾਦਸ਼ਾਹ ਨੇ ਆਖਿਆ ਬੰਦਾ ਸਿੰਘਾ ਰਹਿ ਗਿਆ ਤੂੰ ਕੱਲਾ, ਦੱਸ ਤੈਨੂੰ ਕਿਹੜੀ ਮੁਕਤੇ ਮਾਰਾਂ, ਦੱਸ ਕਿਹੜੀ ਮੁਕਤੇ ਮਾਰਾਂ, ਕਿਵੇਂ ਕਤਲ ਕਰਾਂ ਤੈਨੂੰ? ਅੱਗੋਂ ਬ੍ਰਹਮ ਗਿਆਨੀ ਬਾਬਾ ਕਲਗੀਆਂ ਵਾਲੇ ਦੇ ਹੱਥੋਂ ਜਿੰਨੇ ਅੰਮ੍ਰਿਤ ਛਕਿਆ, ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਨੇ ਜਿਸ ਬਾਬਾ ਬੰਦਾ ਸਿੰਘ ਨੇ, ਜਿਹਨੂੰ ਕਲਗੀਆਂ ਵਾਲੇ ਨੇ ਥਾਪੜਾ ਦੇ ਕੇ ਤੋੜਿਆ ਸੀ, ਬੰਦਾ ਸਿੰਘ ਤੇਰੇ ਅੰਦਰ ਮੈਂ ਵਰਤਾਂਗਾ, ਤੇਰੇ ਵਿੱਚ ਗੁਰੂ ਵਰਤੇਗਾ, ਰਾਜ ਪਾਤ ਸਲਾਮਤ ਹੋਵੇਗਾ, ਕਾਇਮ ਹੋਵੇਗਾ ਖਾਲਸੇ ਦਾ। ਉਸ ਬਾਬੇ ਬੰਦਾ ਸਿੰਘ ਦੀ ਜ਼ੁਬਾਨ ਤੋਂ ਸ਼ਬਦ ਨਿਕਲੇ, ਬਾਦਸ਼ਾਹ ਜਿਹੜੀ ਮੌਤ ਤੇ ਤੂੰ ਮਰਨਾ ਚਾਹੁੰਦਾ, ਜਿਹੜੀ ਮੌਤ ਤੇ ਮੁੜ ਕੇ ਤੂੰ ਮਰਨਾ ਚਾਹੁੰਦਾ, ਉਹ ਮੌਤ ਮੈਨੂੰ ਦੇ। ਇੰਨੀ ਗੱਲ ਸੁਣਦਿਆਂ ਸਾਰ ਬਾਦਸ਼ਾਹ ਨਹੀਂ ਸੀ ਚਾਹੁੰਦਾ ਬਾਬੇ ਬੰਦਾ ਸਿੰਘ ਵਰਗਾ ਤਗੜਾ ਯੋਧਾ ਕਤਲ ਕੀਤਾ ਜਾਏ, ਜਿਸ ਇਕੱਲੇ ਬੰਦੇ ਨੇ ਰਾਜ ਭਾਗ ਕਾਇਮ ਕਰ ਦਿੱਤਾ। ਇਹੋ ਜਿਹਾ ਬੰਦਾ ਕੋਈ ਕਤਲ ਕਰਨਾ ਚਾਹੇਗਾ? ਹਰ ਸਰਕਾਰ ਚਾਹੇਗੀ ਸਾਡੇ ਨਾਲ ਹੀ ਰਲ ਜਾਏ, ਪਰ ਜਦੋਂ ਬਾਬਾ ਬੰਦਾ ਸਿੰਘ ਡਿੱਗਿਆ ਨਹੀਂ, ਡੋਲਿਆ ਨਹੀਂ, ਚਿੜਕਿਆ ਨਹੀਂ, ਝੁਕਿਆ ਨਹੀਂ, ਵਿਕਿਆ ਨਹੀਂ, ਨਹੀਂ ਗੋਡੇ ਟੇਕੇ, ਬਾਦਸ਼ਾਹ ਦੀ ਮਜਬੂਰੀ ਬਣ ਗਈ ਬਾਬਾ ਬੰਦਾ ਸਿੰਘ ਨੂੰ ਕਤਲ ਕਰਨਾ। ਉਹਨੇ ਕਤਲ ਦਾ ਹੁਕਮ ਦੇ ਕੇ ਜਿਉਂ ਮੂੰਹ ਪਿਛਾਂ ਨੂੰ ਮੋੜ ਕੇ ਬਾਦਸ਼ਾਹ ਤੁਰਿਆ, ਜਲਾਦ ਘੇਰਾ ਪਾ ਕੇ ਬਹਿ ਗਏ। ਬਾਬੇ ਬੰਦਾ ਸਿੰਘ ਉੱਤੇ ਜ਼ੁਲਮ ਦੀ ਝੜੀ, ਆਹ
ਸਿਪਾਹੀਆਂ ਨੇ ਕੀਤਾ ਅਜੇ ਸਿੰਘ ਨੂੰ ਕੋਹੋ ਕਤਲ ਕਸਾਈਆਂ ਨੇ ਬਾਬਾ ਬੰਦਾ ਸਿੰਘ ਦਾ ਚੇਤਨਾ ਜਰਾ ਡੁਲਾਇਆ ਬਾਬਾ ਬੰਦਾ ਸਿੰਘ ਦਾ ਚੇਤਨਾ ਜਰਾ ਡੁਲਾਇਆ ਆਖਰੀ ਸੁਣ ਲੈ ਕਿਹਾ ਜੱਲਾਦਾ ਨੇ ਮੰਨ ਲੈ ਇਨ ਨਹੀਂ ਤਾਂ ਕਹਿ ਜਾਉ ਵਰਤਾਇਆ ਮੰਨ ਲੈ ਇਨ ਨਹੀਂ ਤਾਂ ਕਹਿ ਜਾਉ ਵਰਤਾਇਆ ਇਨਕਾਰ ਸੂਰ ਮੇ ਸੈਣਤ ਨਾਲ ਸਮਝਾਇਆ ਕਰ ਇਨਕਾਰ ਸੂਰ ਮੇ ਸੈਣਤ ਨਾਲ ਸਮਝਾਇਆ ਛਿੱਕੇ ਪੈ ਕੇ ਛੁਰੀਆਂ ਚੁੱਕੀਆਂ ਜੱਟ ਜਲਾਦਾਂ ਨੇ ਪਹਿਲਾਂ ਸੱਜੀ ਖੱਬੀ ਪਹਿਲਾ ਸੱਜੀ ਖੱਬੀ ਅੱਖ ਦੇ ਵਾਰ ਚਲਾਇਆ ਖੱਬਾ ਪੈਰ ਕੱਟਿਆ ਜ਼ਾਲਮਾਂ ਨਾਲ ਕਟਾ ਦੇ ਖੱਬਾ ਪੈਰ ਕੱਟਿਆ ਜ਼ਾਲਮਾਂ ਨਾਲ ਕਟਾ ਦੇ ਦੋਵੇਂ ਹੱਥ ਕੱਟ ਦੇ ਦੋਵੇਂ ਹੱਥ ਕੱਟ ਦੇ ਜ਼ੁਲਮ ਵੇਖ ਘਬਰਾਇਆ ਸਰੀਰ ਤੋਂ ਮੁਖੋਂ ਸਤਨਾਮ ਦਾ ਜਪਨ ਸਿੰਘ ਭੁਲਾਇਆ ਆਖਰ ਟੁਕੜਾ ਟੁਕੜਾ ਕੀਤਾ ਕੰਚਨ ਦੇਹੀ ਦਾ ਛੱਡ ਜਕਾਰਾ ਸੂਰਾ ਛੱਡ ਜਕਾਰਾ ਸੂਰਾ ਸੱਚਖੰਡ ਦਾ ਸਿਧਾਇਆ ਕਲਗੀਧਰ ਪਿਤਾ ਦਾ ਸੀਸੋ ਪਰਸੀ ਸਾਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਨੇਤਰ ਕੱਢ ਦਿੱਤੇ ਗਏ ਹੱਥ ਕੱਢ ਦਿੱਤੇ ਗਏ ਪੈਰ ਕੱਢ ਦਿੱਤੇ ਗਏ ਇਤਿਹਾਸ ਕਹਿੰਦਾ ਗਰਮ ਜੰਬੂਰਾਂ ਦੇ ਨਾਲ ਮਾਸ ਨੋਚਿਆ ਗਿਆ ਤੇ ਇਤਿਹਾਸ ਕਹਿੰਦਾ ਅਖੀਰ ਬਾਬਾ ਬੰਦਾ ਸਿੰਘ ਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ 19 ਜੂਨ 1716 ਈਸਵੀ ਨੂੰ ਟੋਟਾ ਟੋਟਾ ਕੀਤਾ ਉਸ ਮਰਦ ਦੇ ਸਰੀਰ ਦਾ ਪਰ ਗੁਰਮੁਖੋ ਸ਼ਹੀਦ ਹੋ ਗਏ ਡੋਲੇ ਨੇ 19 ਜੂਨ 1716 ਈਸਵੀ ਨੂੰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਅਜੈ ਸਿੰਘ ਔਰ ਨਾਲ 34 ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਆਓ ਭਾਵੇਂ ਪੁਰਾਤਨ ਸਮੇਂ ਦੇ ਸ਼ਹੀਦ ਭਾਵੇਂ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸਿੰਘ ਸੰਘਰਸ਼ ਕਰ ਰਹੇ